ਤੁਸੀਂ ਦੇਖ ਰਹੇ ਹੋ ਜਸ ਟੀਵੀ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਮੁੱਦਾ ਹੈਗਾ ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸਿਆਸਤ ਆ ਜਿਹੜੀ ਕਿਸ ਕਰਵਟ ਬੈਠ ਰਹੀ ਹੈਗੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮੁਖਾਲਫਤ ਕੀਤੀ ਜਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਇਸ ਪੂਰੇ ਮਾਮਲੇ 'ਤੇ ਘਿਰਿਆ ਹੋਇਆ ਮਹਿਸੂਸ ਕਰਦਾ, ਪਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ, ਪੁਤਲੇ ਫੂਕੇ ਜਾ ਰਹੇ, ਇੱਕ ਦੂਜੇ ਦੇ ਪੁਤਲੇ ਫੂਕੇ ਜਾ ਰਹੇ ਆ, ਅਤੇ ਸਵਾਲ ਆ ਜਿਹੜੇ ਹੁਣ ਅੰਦਰੋਂ ਵੀ ਪੁੱਛੇ ਜਾਣ ਲੱਗ ਪਏ। ਪਹਿਲਾਂ ਵਿਰੋਧੀ ਪੁੱਛਦੇ ਸੀ, ਹੁਣ ਅੰਦਰਲੇ ਵੀ ਸਵਾਲ ਪੁੱਛਣ ਲੱਗ ਪਏ ਆ। ਇਸੇ ਕਰਕੇ ਅਸੀਂ ਸਵਾਲ ਪੁੱਛਣੇ ਆ ਨਵੇਂ ਅਕਾਲੀ ਵਰਸਸ ਟਕਸਾਲ। ਅਕਾਲੀ ਦਲ ਦੇ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀ ਗੰਭੀਰ ਨਹੀਂ ਹੈਗੇ। ਅਸੀਂ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ 'ਤੇ? ਬਹਿਸ ਇਸੇ ਲਈ ਕਰ ਰਹੇ ਹਾਂ ਕਿਉਂਕਿ ਲਗਾਤਾਰ ਜਿਹੜਾ ਵਿਰੋਧ ਭਖਦਾ ਜਾ ਰਿਹਾ, ਪੰਜਾਬ ਦੀ ਸਿਆਸਤ ਵਿੱਚ ਮੁੱਦਾ ਜਿਹੜਾ ਸਿਖਰ ਹੁੰਦਾ ਜਾ ਰਿਹਾ। ਟਕਸਾਲੀ ਬਨਾਮ ਅਕਾਲੀ, ਅੱਜ ਬਹਿਸ ਕਿਉਂ ਆ? ਜੱਸੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਦੀ ਮੁਸੀਬਤਾਂ ਵਧੀਆਂ, ਵਿਧਾਨ ਸਭਾ ਤੋਂ ਵਾਕ ਆਊਟ ਕਰਨ ਦੇ ਫੈਸਲੇ ਨੂੰ ਟਕਸਾਲੀ ਆਗੂਆਂ ਨੇ ਗਲਤ ਦੱਸਿਆ। ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਵੀ ਸਵਾਲ ਚੁੱਕਿਆ ਅਤੇ ਅਕਾਲੀ ਦਲ ਨੂੰ ਵਿਧਾਨ ਸਭਾ ਅੰਦਰ ਬਹਿਸ ਵਿੱਚ ਸ਼ਾਮਲ ਹੋਣਾ ਚਾਹੀਦਾ ਸੀਗਾ। ਇਹ ਤੋਤਾ ਸਿੰਘ ਨੇ ਕਿਹਾ, ਸਾਬਕਾ ਕੈਬਨਿਟ ਮੰਤਰੀ। ਬੇਅਦਬੀ ਮਾਮਲਿਆਂ 'ਚ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਗਲਤੀਆਂ ਹੋਈਆਂ, ਇਹ ਅਵਤਾਰ ਸਿੰਘ ਹਰਾ ਨੇ ਕਿਹਾ ਜਿਹੜੇ SCPC ਦੇ ਸਾਬਕਾ ਪ੍ਰਧਾਨ ਨੇ। ਸੁਖਦੇਵ ਸਿੰਘ ਢੀਂਡਸਾ ਅਤੇ ਮਨਜੀਤ ਸਿੰਘ ਜੀਕੇ ਦੇ ਸੁਰ ਵੀ ਬਦਲੇ ਬਦਲੇ ਨਜ਼ਰ ਆ ਰਹੇ ਆ ਅਤੇ ਜਥੇਦਾਰ ਦੇ ਖਿਲਾਫ਼ ਇਹ ਸੁਰ ਲੱਗ ਰਹੇ ਹੈਗੇ। ਅਤੇ ਇਸ ਪੂਰੇ ਮਾਮਲੇ 'ਚ ਸਿਆਸਤ ਕਹਿੰਦੀ ਕੀ ਹੈ, ਪਹਿਲਾਂ ਸੁਣ ਲਈਏ। ਰਿਪੋਰਟ ਬਾਰੇ ਮੈਂ ਦੱਸਣਾ ਚਾਹੁੰਦਾ, ਹਮੇਸ਼ਾ ਸਰਸੇ ਵਾਲਾ ਦਾ ਰਿਕਾਰਡ ਕੱਢ ਲਓ ਜੀ, ਉਹਨਾਂ ਉਹਦੀ ਸਪੋਰਟ ਕੀਤਾ ਜਿਹਦਾ ਕੇਂਦਰ 'ਚ ਰਾਜ ਸੀ। 2007 'ਚ ਕਾਂਗਰਸ ਦਾ ਰਾਜ ਸੀ, ਉਹਨਾਂ ਨੇ ਕਾਂਗਰਸ ਦੀ ਸਪੋਰਟ ਇੱਥੇ ਕੀਤੀ, ਹਰਿਆਣੇ 'ਚ ਕੀਤੀ। ਨੰਬਰ 2, 2012 'ਚ ਕਾਂਗਰਸ ਦਾ ਰਾਜ ਸੀ ਸੈਂਟਰ 'ਚ, ਇੱਥੇ ਕੀਤੀ ਪੰਜਾਬ 'ਚ ਮਦਦ, ਉੱਥੇ ਕੀਤੀ ਹਰਿਆਣੇ 'ਚ ਉਹਨਾਂ ਨੇ ਕਾਂਗਰਸ ਦੀ ਮਦਦ। ਔਰ 2014 'ਚ ਅਤੇ ਜਾਂ ਆਪਣਾ 2017 'ਚ ਸੈਂਟਰ ਸਾਡਾ ਰਾਜ ਸੀ, ਉਹਨਾਂ ਨੇ ਸਾਡੀ ਅਕਾਲੀ ਦਲ ਦੀ ਅਤੇ BJP ਦੀ ਹਰਿਆਣੇ 'ਚ BJP 'ਚ ਮਦਦ ਕੀਤੀ, ਇੱਥੇ ਅਕਾਲੀ ਦਲ BJP ਕੀਤੀ। ਉਹ ਹਮੇਸ਼ਾ ਸੈਂਟਰ ਦੇ ਵਿੱਚ ਜਿਹਦਾ ਰਾਜ ਹੁੰਦਾ ਸੀ, ਹੋ ਸਕਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਹੋਵੇ, ਰੱਬ ਜਾਣਦਾ, ਉਹਨਾਂ ਨੇ ਮਦਦ ਕੀਤੀ ਹੋਵੇ ਕਿ ਸਹੀ ਹੈ। ਸਾਡਾ ਜਿਹੜਾ ਫੈਸਲਾ ਸੀ ਨਾ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਕਰਨ ਦਾ, ਉਹ ਸਹੀ ਨਹੀਂ ਸੀ। ਮੰਨ ਲਿਆ ਸਪੀਕਰ ਨੇ ਕਿਹਾ, ਮੈਂ 2 ਘੰਟੇ ਟਾਈਮ ਜਿਹੜਾ ਉਹ ਅਲਾਟ ਕੀਤਾ, ਉਹਦੇ ਵਿੱਚ ਅਕੋਰਡਿੰਗ ਟੂ ਪ੍ਰੋਟੋਕੋਲ ਐਜ ਪਰ ਦੀ ਸਟਰੈਂਥ ਆਫ ਯੋਰ ਮੈਂਬਰਸ ਤੁਹਾਡੇ 14 ਮਿੰਟ ਬਣਦੇ ਨੇ, ਆਮ ਆਦਮੀ ਪਾਰਟੀ ਦੇ 20 ਮਿੰਟ ਬਣਦੇ ਨੇ, ਠੀਕ ਹੈ ਨਾ ਜੀ। ਅਤੇ ਬਾਕੀ ਮੈਂ ਕਹਿੰਦਾ ਵੀ ਜਿਹੜੀ ਬਹਿਸ ਹੈ ਨਾ, ਇਹ ਭਾਵੇਂ ਰਾਤੀ 12 ਵਜੇ ਤੱਕ ਚਲਾਓ, ਮੈਂ ਉਹਨੂੰ ਚਲਾਊਂਗਾ, ਮੈਂ ਬੈਠਾ ਨੇ, ਮੈਂ ਨਹੀਂ ਜਾਂਦਾ। ਅਤੇ ਤੁਸੀਂ ਉਹਦੇ ਅਕੋਰਡਿੰਗਲੀ ਜਿਹੜਾ ਟਾਈਮ ਵਧੂਗਾ, ਫਿਰ ਤੁਹਾਡੀ ਸਟਰੈਂਥ ਦੇ ਮੁਤਾਬਕ ਟਾਈਮ ਵਧੀ ਜਾਊਗਾ। ਉਸ ਹਿਸਾਬ ਨਾਲ ਤਾਂ 1.5 ਘੰਟਾ ਮਿਲਦਾ ਹੀ ਸੀ। ਕਿੰਨੇ ਕੁ ਬੰਦੇ ਸੀ ਸਾਡੇ ਕੋਲ ਬੋਲਣ ਵਾਲੇ? ਸੁਖਬੀਰ ਮਜੀਠੀਆ ਅਤੇ ਸ਼ਰਨਜੀਤ ਹੋ ਗਿਆ, ਵੱਧ ਤੋਂ ਵੱਧ ਢੀਂਡਸਾ ਹੋ ਗਿਆ, ਹੋਰ ਕਿਹੜਾ ਬੁਲਾਰਾ ਸੀ ਅਕਾਲੀ ਦਲ? ਗਲਤੀ ਕਰ ਲਈ ਉਹਨਾਂ ਨੇ ਬਾਈਕਾਟ ਕਰਤਾ। ਬਾਈਕਾਟ ਕਰਕੇ ਜਿਹੜੀਆਂ ਰਿਪੋਰਟਾਂ ਦੀਆਂ ਕਾਪੀਆਂ ਪਾੜ ਕੇ ਅਤੇ 2-2 ਰੁਪਈਏ 5-5 ਰੁਪਏ ਦੀ ਸੇਲ ਲਾਈ ਹੈ, ਉਹ ਵੀ ਇਹ ਦੱਸਦਾ ਵੀ ਅਕਾਲੀ ਦਲ ਦੇ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀ ਗੰਭੀਰ ਨਹੀਂ ਹੈਗੇ। ਗੰਭੀਰ ਨਹੀਂ ਹੈਗੇ, ਗੰਭੀਰ ਕੌਣ ਹੈਗਾ? ਸਵਾਲ ਇਹ ਪੁੱਛਾਂਗੇ, ਸਵਾਲ ਅਸੀਂ ਇਸ ਚਰਚਾ ਵਿੱਚ ਕੋਈ ਪੁੱਛਣਾ, ਸਵਾਲ ਇਹ ਪੁੱਛਾਂਗੇ ਵਿਰੋਧੀਆਂ ਨਾਲ ਨਾਲ ਟਕਸਾਲੀ ਆਗੂਆਂ ਦੇ ਸਵਾਲਾਂ ਦੇ ਕੀ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ? ਇਸੇ 'ਤੇ ਅਸੀਂ ਚਰਚਾ ਕਰਨੀ ਹੈ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਰਜਿੰਦਰ ਸਿੰਘ ਖਾਲਸਾ, ਇਹ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਨੁਮਾਇੰਦਗੀ ਕਰਦੇ ਆ, ਰਜਿੰਦਰ ਸਿੰਘ ਖਾਲਸਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕਰਨਲ CD ਸਿੰਘ ਕੰਬੋਜ, ਇਹ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਆ, ਕਰਨਲ CD ਸਿੰਘ ਕੰਬੋਜ ਤੁਹਾਡਾ ਬਹੁਤ ਸਵਾਗਤ ਹੈ। ਸੁਖਦੇਵ ਸਿੰਘ ਰੋਪੜ ਕਾਂਗਰਸ ਤੋਂ ਨੇ, ਸੁਖਦੇਵ ਸਿੰਘ ਰੋਪੜ ਤੁਹਾਡਾ ਬਹੁਤ ਸਵਾਗਤ ਹੈ। ਅਤੇ ਡਾਕਟਰ ਕਸ਼ਮੀਰ ਸਿੰਘ ਸੋਹਲ, ਇਹ ਆਮ ਆਦਮੀ ਪਾਰਟੀ ਨੁਮਾਇੰਦਗੀ ਕਰਦੇ ਆ ਅਤੇ ਇੰਟਲੈਕਚੁਅਲ ਵਿੰਗ ਦੇ ਪ੍ਰਧਾਨ ਨੇ। ਸੋਹਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ CD ਸਿੰਘ ਕੰਬੋਜ ਤੁਹਾਨੂੰ ਹੀ ਬਣਦਾ। ਕੰਬੋਜ ਸਾਹਿਬ, ਹੁਣ ਪਹਿਲਾਂ ਤੁਸੀਂ ਇੱਥੋਂ ਵਾਕਆਊਟ ਕੀਤਾ, ਹੁਣ ਤੁਹਾਡੇ ਜਿਹੜੇ ਟਕਸਾਲੀ ਹੈ ਕੀ ਆ, ਉਹ ਸਹੀ ਮਾਇਨੇ ਵਿੱਚ ਵਾਕਆਊਟ ਕਰਦੇ ਪਏ ਆ, ਜਿਹੜੇ ਇਸ ਵਕਤ ਮੌਜੂਦਾ ਅਕਾਲੀ ਦਲ ਆ ਉਸ ਦੀ ਕਾਰਵਾਈ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ, ਕੀ ਜਵਾਬ ਦਿਓਗੇ ਤੁਸੀਂ? ਨਹੀਂ, ਤੁਸੀਂ ਗੱਲ ਕੀਤੀ ਇਹਨਾਂ ਦੀ ਮੱਕੜ ਸਾਹਿਬ ਦੀ, ਬੜੇ ਸੀਨੀਅਰ ਲੀਡਰ ਨੇ, SCPC ਦੇ ਪ੍ਰਧਾਨ ਰਹੇ ਨੇ। ਮੈਂ ਉਹਨਾਂ ਦੇ ਗੱਲ ਦੇ ਉੱਤੇ ਕੋਈ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ, ਲੇਕਿਨ ਫੈਕਟ ਇਹ ਹੈ ਕਿ ਜਿੰਨੀ ਦੇਰ SCPC ਦੇ ਪ੍ਰਧਾਨ ਰਹੇ ਉਦੋਂ ਤੱਕ ਤਾਂ ਕਦੇ ਕੁਛ ਨਹੀਂ ਬੋਲੇ। ਹੁਣ ਜੇ SCPC ਦੇ ਪ੍ਰਧਾਨ ਜੇ ਹਟ ਗਏ ਨੇ ਤਾਂ ਇੱਦਾਂ ਦੇ ਕਮੈਂਟਸ ਦੇ ਰਹੇ ਨੇ, ਉਹਨਾਂ ਦੀ ਮਨਸ਼ਾ ਕੀ ਹੈ ਮੈਨੂੰ ਸਮਝ ਨਹੀਂ ਆਉਂਦਾ, ਪਰ ਇਹ ਪਾਰਟੀ ਲਾਈਨ ਤੋਂ ਬਿਲਕੁਲ ਹੀ ਉਲਟ ਬੋਲ ਰਹੇ ਨੇ। ਇਹ ਤਾਂ ਜਿਹੜਾ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਉਹ ਦੇਖਣ ਕਿ ਉਹ ਕਿਉਂ ਬੋਲਦੇ ਪਏ ਨੇ ਅਤੇ ਕਿਉਂ ਨਹੀਂ ਬੋਲਦੇ ਪਏ। ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਅਕਾਲੀ ਦਲ ਬੈਕਫੁੱਟ 'ਤੇ ਨਜ਼ਰ ਆ ਰਿਹਾ? ਨੋ, ਕਿਸੇ ਵੀ ਮੁੱਦੇ 'ਤੇ ਅਕਾਲੀ ਦਲ ਬੋਲਣ ਨੂੰ ਤਿਆਰ ਨਹੀਂ ਹੈਗਾ। ਕਿਉਂ? ਅਕਾਲੀ ਦਲ ਘਿਰਿਆ ਹੋਇਆ ਮਹਿਸੂਸ ਕਰ ਰਿਹਾ? ਦੱਸੋ,
अकाली दल इं लग रहा कि उल्टा चोर कोतवाल उडांटे भी जो तुहाडे ते इल्जाम लगे तुसी प्रदर्शन करन लग पे सरकार दे खिलाफ नहीं नहीं इल्जाम कित्थे लगे सवाल तो यह है कि एक हउआ बनाया गया और उस नूं ये पहला ही शोर मचाना शुरू कर दिता कि जदों रिपोर्ट आएगी तो पता नहीं की हो जाना अकाली दल नूं ये हो जाना बादल साहब नूं ये हो जाना सुखबीर नूं ये हो जाना एडा एडा हउ हल्ला बनाता पहला ही जिहड़ियां उत्थे अपने जस्टिस साहब भी आके बयान देने लग पे सारे अकाली ਤੁਸੀਂ ਰੁਕਦੇ ਨਾ ਉੱਥੇ ਤੁਹਾਨੂੰ ਪਤਾ ਹੀ ਰਿਪੋਰਟ ਵਿੱਚ ਕੁਝ ਨਹੀਂ ਹੈ ਰੁਕਦੇ ਉੱਥੇ ਗੱਲ ਨਹੀਂ ਕੀਤੀ ਉੱਥੇ ਕਿੱਥੇ ਰੁਕੇ ਅਸੀਂ ਤਾਂ ਜਿਹੜਾ ਹੈ ਜਦੋਂ ਜਸਟਿਸ ਰਣਜੀਤ ਸਿੰਘ ਨੂੰ ਇਨਚਾਰਜ ਲਗਾਇਆ ਗਿਆ ਇਸ ਕਮਿਸ਼ਨ ਦਾ ਉਸ ਵੇਲੇ ਹੀ ਵੀ ਆਬਜੈਕਟ ਕੀਤਾ ਔਰ ਅੱਜ ਬਾਦਲ ਸਾਹਿਬ ਨੇ ਵੀ ਕਿਹਾ ਔਰ ਪਹਿਲਾਂ ਵੀ ਇਹ ਕਈ ਵਾਰੀ ਆ ਚੁੱਕਾ ਹੈ ਕਿ ਜਦੋਂ ਵੀ ਇਹਨਾਂ ਕੋਲ ਕੋਈ ਕੇਸ ਜਾਂਦਾ ਸੀ ਤੇ ਅਸੀਂ ਹਾਈ ਕੋਰਟ 'ਚ ਲਿਖ ਕੇ ਦਿੰਦੇ ਸੀ ਕਿ ਇਹਨਾਂ ਦੇ ਕੋਲ ਕੇਸ ਨਹੀਂ ਜਾਣਾ ਕਿਉਂਕਿ ਇਹਨਾਂ ਦੇ ਕਾਂਗਰਸੀਆਂ ਨਾਲ ਹੱਥ ਮਿਲੇ ਹੋਏ ਨੇ ਇਹ ਸਾਰੀ ਹੀ ਗੇਮ ਪਲਾਨ ਇੱਕ ਸਾਜ਼ਿਸ਼ ਰਚੀ ਗਈ ਜਿਹਦੇ ਵਿੱਚ ਮੇਨ ਮੁੱਦਾ ਸੀ ਕਿ ਅਕਾਲੀ ਦਲ ਨੂੰ ਢਾਹ ਲੈਣਾ ਔਰ ਬਾਦਲਾਂ ਦੇ ਉੱਤੇ ਸਿੱਧਾ ਹਮਲਾ ਕਰਨਾ ਲੇਕਿਨ ਜਦੋਂ ਰਿਪੋਰਟ ਆ ਗਈ ਸਾਹਮਣੇ ਔਰ ਜਦੋਂ ਉਹਦੇ ਵਿੱਚ ਜਿੰਨੇ ਜਿਹੜੇ ਕਿਰਦਾਰ ਸੀਗੇ ਉਹਨਾਂ ਦਾ ਵੀ ਆ ਗਿਆ ਕਿ ਆਪਸ 'ਚ ਰਲੇ ਹੋਏ ਨੇ ਉਹਦੀਆਂ ਡਿਟੇਲਸ ਆ ਗਈਆਂ ਕਿ ਕਿੱਥੇ ਕਿੱਥੇ ਇਕੱਠੇ ਹੋਏ ਨੇ ਕੀ ਕੀਤਾ ਔਰ ਕੌਣ ਹਿੰਮਤ ਸਿੰਘ ਨੂੰ ਇੱਕ ਮੇਨ ਮੁੱਦਾ ਬਣਾ ਕੇ ਕੇਸ ਬਣਾ ਦਿੱਤਾ ਔਰ ਉਹਨੂੰ ਕੋਈ ਕਾਰਪੋਰੇਟ ਨਹੀਂ ਕੀਤਾ ਵੀ ਉਹ ਕੀ ਕਹਿ ਰਿਹਾ ਉਹਦੇ ਵਾਸਤੇ ਕੋਈ ਹੋਰ ਦੂਜੀ ਗਵਾਹੀ ਨੇ ਤਾਇਦ ਨਹੀਂ ਕੀਤੀ ਉਹ ਹਰਬੰਸ ਜਲਾਲ ਉਹਨੇ ਜੋ ਬਿਆਨ ਦਿੱਤਾ ਕਿ 100 ਕਰੋੜ ਦੀ ਉੱਥੇ ਡੀਲ ਹੋਈ ਅਕਸ਼ੇ ਕੁਮਾਰ ਦੀ ਕੀ ਤੁਹਾਡਾ ਫਰਜ਼ ਨਹੀਂ ਸੀ ਕਿ ਜੇ ਤੁਸੀਂ ਇਹ ਕਿਹਾ ਕਿ ਅਕਸ਼ੇ ਕੁਮਾਰ ਦੇ ਘਰ ਡੀਲ ਹੋਈ ਹੈ ਤਾਂ ਤੁਸੀਂ ਅਕਸ਼ੇ ਕੁਮਾਰ ਦੀ ਗਵਾਹੀ ਲੈ ਕੇ ਆਉਂਦੇ ਅਕਸ਼ੇ ਕੁਮਾਰ ਦਾ ਕਹਿੰਦਾ ਇਹੋ ਜਿਹਾ ਕੁਛ ਹੋਇਆ ਹੀ ਨਹੀਂ ਔਰ ਪੂਰੇ ਜਿਹੜੀ ਹੈ ਰੌਲਾ ਪਾ ਪਾ ਕੇ ਕਿਹਾ ਜਾ ਰਿਹਾ ਹੈ ਕਿ ਪੂਰੀ ਰਿਪੋਰਟ ਵਿੱਚ ਇੱਕ ਲਾਈਨ ਤਾਂ ਦੱਸੋ ਜਿੱਥੇ ਬਾਦਲ ਸਾਹਿਬ ਦੇ ਖਿਲਾਫ ਜਾਂ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਲਾਈਨ ਨਹੀਂ ਹੈਗੀ ਸੀ ਤੇ ਫਿਰ ਖੜੇ ਕਿਉਂ ਨਹੀਂ ਉੱਥੇ ਤੁਹਾਡੇ ਆਪ ਦੇ ਸਵਾਲ ਕਰ ਰਹੇ ਮੈਂ ਤਾਂ ਕਰ ਹੀ ਰਿਹਾ ਤੁਹਾਡੇ ਆਪ ਦੇ ਸਵਾਲ ਕਰ ਰਹੇ ਇਹ ਕਹਿ ਰਿਹਾ ਕਿ ਪਾਰਟੀ ਦਾ ਇਹ ਫੈਸਲਾ ਸੀ ਕਿ ਜਦ ਅਸੀਂ ਇਸ ਰਿਪੋਰਟ ਨੂੰ ਮੰਨਦੇ ਹੀ ਨਹੀਂ ਤਾਂ ਫਿਰ ਉਸ ਦੇ ਉੱਤੇ ਬਹਿਸ ਕਿਉਂ ਕਰੀਏ ਫਿਰ ਤੁਸੀਂ ਇਹ ਮੁੱਦਾ ਕਿਉਂ ਬਣਾਇਆ 14 ਮਿੰਟ ਸਾਨੂੰ ਮਿਲ ਰਿਹਾ ਤੁਹਾਨੂੰ ਸਪੀਕਰ ਨੇ ਵੀ ਕਹਿ ਤਾ 12 ਵਜੇ ਤੱਕ ਰੁਕੋ ਇੱਥੇ ਤੁਸੀਂ ਜਦੋਂ ਜੇ ਉਦੋਂ ਕਹਿਤਾ ਕਦੋਂ ਕਿਹਾ 12 ਵਜੇ ਬਿਲਕੁਲ ਗਲਤ ਹੈ ਉਹਨਾਂ ਨੇ ਕਿਹਾ ਜੀ ਟਾਈਮ ਹੋਰ ਦਿੱਤਾ ਜਾਏਗਾ ਕਿੰਨਾ ਦਿੱਤਾ ਜਾਏਗਾ ਜੇ ਉੱਥੇ ਹੁੰਦਾ ਤਾਂ 14 ਮਿੰਟ ਦੀ ਬਜਾਏ 16 ਮਿੰਟ ਦੇ ਦਿੰਦੇ ਜਾਂ 18 ਮਿੰਟ ਦੇ ਦਿੰਦੇ ਤੇ ਫਿਰ ਜਿੱਤ ਲੈਂਦੇ ਨਾ ਉਦੋਂ ਜਿੱਤ ਲੈਂਦੇ ਜੇ 14 ਮਿੰਟ ਤੋਂ ਵੱਧ ਲੈਣੇ ਸੀ ਜਿੱਤ ਲੈਂਦੇ ਨਾ ਤੁਹਾਡੇ ਜਿੰਨੇ ਐਮਐਲਏ 9 ਮਿੰਟ ਮੈਂ ਡਿਸਾਈਡਡ ਪਾਰਟੀ ਇਨ ਆਪਣੇ ਜੋ ਵੀ ਉਹਨਾਂ ਨੇ ਸੋਚਿਆ ਔਰ ਉਹਦੇ ਮੁਤਾਬਕ ਇਹ ਫੈਸਲਾ ਕੀਤਾ ਕਿ ਕਿਉਂਕਿ ਅਸੀਂ ਇਸ ਨੂੰ ਮੰਨਦੇ ਹੀ ਨਹੀਂ ਇਹ ਬਾਰ ਬਾਰ ਆ ਚੁੱਕਾ ਹੈ ਕਿ ਅਸੀਂ ਜਸਟਿਸ ਰਣਜੀਤ ਸਿੰਘ ਹੋਣਾ ਦੀ ਜਿਹੜੀ ਰਿਪੋਰਟ ਹੈ ਉਹਨੂੰ ਅਸੀਂ ਮੰਨਦੇ ਹੀ ਨਹੀਂ ਕੰਬੋਜ ਸਾਹਿਬ ਤੁਹਾਡੀ ਪਾਰਟੀ ਵੀ ਨਹੀਂ ਸਮਝਾ ਸਕੀ ਤੁਸੀਂ ਵੀ ਨਹੀਂ ਸਮਝਾ ਪਾ ਰਹੇ ਇੱਕ ਪਾਸੇ ਦੀ ਰਿਪੋਰਟ ਨੂੰ ਮੰਨਦੇ ਨਹੀਂ ਇੱਕ ਪਾਸੇ ਤੁਸੀਂ ਕਹਿੰਦੇ ਵਕਤ ਕੱਢ ਦਿੱਤਾ ਮੈਨੂੰ ਇੱਕ ਸਵਾਲ ਤੁਹਾਡੀ ਜਿਹੜੀ ਸਮਝ ਹੈਗੀ ਆ ਉਹ ਕਿਸ ਤਰੀਕੇ ਨਾਲ ਵਾਚਦੀ ਆ ਅਕਾਲੀ ਦਲ ਦੇ ਇਸ ਫੈਸਲੇ ਨੂੰ ਇਹਦੇ ਵਿੱਚ ਵੇਖੋ ਜੀ ਜਿਹੜਾ ਸਰਦਾਰ ਅਵਤਾਰ ਸਿੰਘ ਮੱਕੜ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਹੈ ਬਿਲਕੁਲ ਸਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਵੀ ਜੇ ਅਕਾਲੀ ਦਲ ਦੇ ਕੋਲ ਕੁਛ ਸੱਚਾਈ ਸੀ ਤੇ ਉਹਨਾਂ ਨੂੰ ਇਸ ਬਹਿਸ ਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਸੀ ਟਾਈਮ ਜਿਹੜਾ ਵਾ ਉਹ ਥੋੜ੍ਹਾ ਮਿਲਣਾ ਜੀ ਉਹਦਾ ਕਰਕੇ ਉਸ ਬਹਾਨਾ ਬਣਾ ਕੇ ਇੱਕ ਇਹਨਾਂ ਨੇ ਵਾਕਆਊਟ ਕੀਤਾ ਅਸਲ 'ਚ ਇਹਨਾਂ ਨੂੰ ਪਤਾ ਸੀ ਵੀ ਜੋ ਇਹਨਾਂ ਨੇ ਕੀਤਾ ਵਾ ਉਹ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਸ ਤਰ੍ਹਾਂ ਦੀ ਜਿਹੜੀ ਆ ਰਿਪੋਰਟ ਆਉਣੀ ਆ ਕਿਉਂਕਿ ਜਿਹੜੇ ਬੰਦੇ ਨੇ ਕਸੂਰ ਕੀਤਾ ਹੋਵੇ ਉਹਨੂੰ ਪਤਾ ਹੁੰਦਾ ਵਾ ਵੀ ਮੇਰੀ ਇਹਦੇ ਵਿੱਚ ਸ਼ਮੂਲੀਅਤ ਹੈਗੀ ਆ ਸੋ ਉਹਨਾਂ ਕੋਲ ਉਸ ਰਿਪੋਰਟ ਵਿੱਚ ਕਸੂਰ ਲਿਖਿਆ ਸੋਲ ਸਾਹਿਬ ਸੋ ਉਹਨਾਂ ਕੋਲ ਉਸ ਰਿਪੋਰਟ ਵਿੱਚ ਕਸੂਰ ਲਿਖਿਆ ਸੋ ਉਹਨਾਂ ਨੂੰ ਵੇਖੋ ਜੀ ਉਹਦੇ ਵਿੱਚ ਨਿਸ਼ਾਨਦੇਹੀ ਕੀਤੀ ਗਈ ਆ ਵੀ ਕਿੰਨਾ ਲੋਕਾਂ ਦੀ ਜਿਹੜੀ ਸੀ ਇਨਵੋਲਵਮੈਂਟ ਹੈਗੀ ਸੀ ਜਦੋਂ ਸੋਲ ਸਾਹਿਬ ਮੈਂ ਸਿੱਧਾ ਸਰਕਾਰ ਤੇ ਸਵਾਲ ਕਰ ਰਿਹਾ ਉਸ ਰਿਪੋਰਟ ਵਿੱਚ ਸਰਕਾਰ ਦਾ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਬਾਦਲ ਸਰਕਾਰ ਦਾ ਜਿਹੜਾ ਜੀ ਜ਼ਿਕਰ ਕੀਤਾ ਗਿਆ ਵਾ ਕਿ ਬਾਦਲ ਸਰਕਾਰ ਦੇ ਵੇਲੇ ਜਿਹੜਾ ਇਹ ਹੋਇਆ ਵਾ ਉਹ ਬਾਦਲ ਸਾਹਿਬ ਦੇ ਹੁਕਮ ਦੇ ਨਾਲ ਹੀ ਜਿਹੜਾ ਇਹ ਸਾਰਾ ਕੁਝ ਹੋਇਆ ਵਾ ਸੁਦੇਸ਼ ਸਰੋਪਰ ਤੁਸੀਂ ਸੋਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਤੁਸੀਂ ਵੀ ਉਹੀ ਗੱਲ ਕਰੋਗੇ ਤਕਰੀਬਨ ਤੁਸੀਂ ਦੋਨਾਂ ਨੇ ਫਰੈਂਡਸ਼ਿਪ ਮੈਚ ਖੇਡ ਕੇ ਬਾਦਲਾਂ ਨੂੰ ਫਸਾਇਆ ਜਾਂ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਕੇਪੀ ਜੀ ਮੈਂ ਨਾ ਦੋ ਤਿੰਨ ਗੱਲਾਂ ਰੱਖਣੀਆਂ ਚਾਹੂੰਗਾ ਤੇ ਮੇਰੀ ਬੇਨਤੀ ਹੈ ਵੀ ਕੋਈ ਇੰਟਰਪਟ ਨਾ ਕਰੋ ਕਿਉਂਕਿ ਕੋਈ ਵੀ ਜਿਹਨੇ ਬੋਲੇ ਅਸੀਂ ਇੰਟਰਪਟ ਨਹੀਂ ਕੀਤਾ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਅਕਾਲੀ ਦਲ ਇਹ ਕਹਿੰਦਾ ਹੈ ਵੀ ਅਸੀਂ ਸਰਦਾਰ ਆਪਣਾ ਰਣਜੀਤ ਸਿੰਘ ਦੀ ਰਿਪੋਰਟ ਨੂੰ ਨਹੀਂ ਮੰਨਦੇ ਤਾਂ ਫਿਰ ਸਰਦਾਰ ਜੋਰਾ ਸਿੰਘ ਦੀ ਰਿਪੋਰਟ ਨੂੰ ਮੰਨ ਲੈਂਦੇ ਦੇਖੋ ਇਹਨਾਂ ਨੇ ਸਰਦਾਰ ਜੋਰਾ ਸਿੰਘ ਦੀ ਰਿਪੋਰਟ ਨਹੀਂ ਮੰਨਿਆ ਜਿਹੜੀ ਇਹਨਾਂ ਨੇ ਖੁਦ ਬਣਾਇਆ ਉਹ ਸਰਦਾਰ ਜੋਰਾ ਸਿੰਘ ਇੱਕ ਜਿਹੜੇ ਵਿਚਾਰੇ ਜਸਟਿਸ ਰਿਟਾਇਰ ਹੋਏ
ਉਹ ਅਸੀਂ ਨਹੀਂ ਕਹਿੰਦੇ, ਪਹਿਲਾਂ ਤਾਂ ਅਸੀਂ ਕਹਿੰਦੇ ਸੀ, ਹੁਣ ਇਹਨਾਂ ਦੇ ਬੰਦੇ ਵੀ ਕਹਿੰਦੇ ਆ ਔਰ ਆਪਣੇ ਮੱਕੜ ਸਾਹਿਬ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਸਰਦਾਰ ਜੋਰਾ ਸਿੰਘ ਨੂੰ ਤਾਂ ਕੋਈ ਵਿਚਾਰਾ ਸੈਕਟਰੀਏਟ 'ਚੋਂ ਤਾਂ ਬੜੇ ਹੌਸਲੇ ਨਾਲ ਆਇਆ ਵੀ ਮੈਂ ਇੱਕ ਬੜੀ ਰਿਪੋਰਟ ਲੈ ਕੇ ਆਇਆ, ਉਹਨੂੰ ਕੋਈ ਵਿਚਾਰਾ ਚੀਫ ਸੈਕਟਰੀ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਔਰ ਉਸ ਨੂੰ ਲੈਣ ਉਹ ਤਾਂ ਸੀਐਮ ਐਕਸਪੈਕਟ ਕਰਦੇ ਸੀ, ਉਹ ਤਾਂ ਚੀਫ ਸੈਕਟਰੀ ਨੇ ਟਾਈਮ ਨਹੀਂ ਦਿੱਤਾ ਲੈਣ, ਕੋਈ ਇੱਕ ਕਲੈਰੀਕਲ ਬੰਦਾ ਵਿਚਾਰਾ ਇੱਕ ਅਸਿਸਟੈਂਟ ਰੈਂਕ ਦਾ ਬੰਦਾ ਉਹਦੀ ਰਿਪੋਰਟ ਲੈ ਕੇ ਜਾਂਦਾ ਔਰ ਉਹ ਵਿਚਾਰੇ ਉੱਥੇ ਬੈਠ ਕੇ ਵੇਟ ਕਰਦੇ, ਇਹਨਾਂ ਦਾ ਸਰਦਾਰ ਜੋਰਾ ਸਿੰਘ ਦੀ ਰਿਪੋਰਟ ਨੇ ਖਾਰਜ ਨਹੀਂ ਕੀਤਾ, ਸਰਦਾਰ ਜੋਰਾ ਸਿੰਘ ਨੇ ਵਿੱਚ ਲਿਖਿਆ ਉਹਨਾਂ ਦੀ ਰਿਪੋਰਟ ਪੜ੍ਹ ਲਓ ਵੀ ਮੈਨੂੰ ਤਾਂ ਕੋਪਰੇਟ ਹੀ ਨਹੀਂ ਕੀਤਾ, ਮੈਨੂੰ 6 ਜ਼ਿਲ੍ਹਿਆਂ ਦੀ ਪੁਲਿਸ ਨੇ ਕੋਪਰੇਟ ਨਹੀਂ ਕੀਤਾ, ਮੈਂ ਉਹਦੇ ਵਿੱਚ ਕੁਝ ਨਿਸ਼ਾਨਦੇਹੀਆਂ ਕਰਨੀਆਂ ਚਾਹੁੰਦਾ ਸੀ, ਕਿਹੜੇ ਵੈਪਨ ਸੀ ਜੋਰਾ ਸਿੰਘ ਦੀ ਰਿਪੋਰਟ ਨੂੰ ਮੰਨਦੇ ਸੀ ਕਿ ਨਹੀਂ, ਤੁਸੀਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੰਨਦੇ ਸੀ ਕਿ ਨਹੀਂ ਮੰਨਦੇ, ਜੋਰਾ ਸਿੰਘ ਸਰ ਰਿਪੋਰਟ ਖੁਦ ਹੀ ਅਧੂਰੀ ਹੈ, ਅਸੀਂ ਉਹਨੂੰ ਕੀ ਮੰਨਦੇ, ਬਟ ਗੱਲ ਇਹ ਹੈ ਵੀ ਜੋਰਾ ਸਿੰਘ ਦੀ ਰਿਪੋਰਟ ਉਹਨੇ ਇੱਕ ਜਸਟਿਸ ਦੀ ਰਿਪੋਰਟ ਤਾਂ ਇਹਨੇ ਬਣਾਈ ਸੀ ਨਾ, ਉਹ ਇੱਕ ਅਧੂਰੀ ਰਿਪੋਰਟ ਸੀ, ਉਹਨੇ ਖੁਦ ਲਿਖਿਆ ਵੀ ਮੈਨੂੰ ਤਾਂ ਇਹਨਾਂ ਨੇ ਕੋਪਰੇਟ ਨਹੀਂ ਕੀਤਾ, ਜਦੋਂ ਇਹਨਾਂ ਨੇ ਉਹਨੂੰ ਕੋਪਰੇਟ ਹੀ ਨਹੀਂ ਕੀਤਾ ਉਦੋਂ ਦੀ ਸਰਕਾਰ ਨੇ ਰਿਪੋਰਟ ਲੈਣ ਨੂੰ ਕਿਤੇ ਐਦਾਂ ਨਹੀਂ ਵੀ ਦੋਨੋਂ ਰਿਪੋਰਟਾਂ ਅਧੂਰੀਆਂ ਜਿਹੜੀਆਂ ਹੁਣ ਤੱਕ ਬਣੀਆਂ, ਬਿਲਕੁਲ ਨਹੀਂ ਅਧੂਰੀਆਂ, ਜਸਟਿਸ ਰਣਜੀਤ ਸਿੰਘ ਨੇ ਪੂਰੀ ਰਿਪੋਰਟ ਕੰਕਲੂਡ ਕੀਤੀ ਆ, ਉਹਦੇ ਵਿੱਚ ਜਿੱਥੇ ਫਰਦਰ ਇਨਵੈਸਟੀਗੇਸ਼ਨ ਦੀ ਗੱਲ ਹੈ ਉੱਥੇ ਫਰਦਰ ਇਨਵੈਸਟੀਗੇਸ਼ਨ ਹੋਊਗੀ, ਵਿਧਾਨ ਸਭਾ ਦੇ ਔਨ ਰਿਕਾਰਡ ਇਹ ਗੱਲ ਆਈ ਹੈ ਔਰ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੁੱਧਾ ਬੁੜਤੇ ਦੁੱਧਾ ਪਾਣੀ ਦੇ ਪਾਣੀ ਹੋ ਜਾਣਾ। ਫਰਦਰ ਇਨਵੈਸਟੀਗੇਸ਼ਨ ਨੂੰ ਤੁਸੀਂ ਤਾਂ ਸੀਬੀਆਈ ਸਮਝ ਲਿਆ ਸੀ? ਨਹੀਂ ਦੇਖੋ, ਸੀਬੀਆਈ ਅਸੀਂ ਇਸ ਕਰਕੇ ਸੀਗੀ ਦਿੱਤੀ ਵੀ ਬਿਲਕੁਲ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਵੀ ਕੱਲ ਨੂੰ ਇਹ ਕਹਿਣ ਵੀ ਇਹ ਆਪਣੀ ਏਜੰਸੀ, ਪਰ ਜਦੋਂ ਸਾਰੇ ਪੰਜਾਬ ਦਾ ਮਾਹੌਲ ਸਮਝਾ ਦੋ, ਸਾਰੀਆਂ ਪੋਲੀਟੀਕਲ ਪਾਰਟੀਆਂ ਬੈਠੀਆਂ, ਤੁਸੀਂ ਆਪ ਕਨਫਿਊਜ਼ ਹੋ ਕੇ ਲੋਕਾਂ ਨੂੰ ਕਨਫਿਊਜ਼ ਕਰ ਰਹੇ ਹੋ। ਕੋਈ ਕਨਫਿਊਜ਼ ਨਹੀਂ, ਅਸੀਂ ਬੜੇ ਕਲੀਅਰ ਆ ਇਸ ਗੱਲ ਤੇ, ਅਸੀਂ ਉਸ ਗੱਲ ਦੇ ਵਿੱਚ ਜਿਹਨੂੰ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ, ਉਹਦੇ ਉਹਦੀ ਜਿਹੜੀਆਂ ਬੇਅਦਬੀਆਂ ਹੋਈਆਂ, ਜਿਹੜੀ ਉਸ ਬੇਅਦਬੀਆਂ ਦੇ ਨਾਲ ਉੱਥੇ ਜਿਹੜੇ ਦੋ ਕਤਲ ਹੋਏ ਨੇ, ਮੈਂ ਉਹਨਾਂ ਨੂੰ ਕਤਲ ਕਹਿਣਾ, ਕਿਉਂਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੈਂ ਇਜਾਜ਼ਤ ਨਹੀਂ ਦਿੱਤੀ ਗੋਲੀ ਚਲਾਉਣ ਦੀ, ਤਾਂ ਫਿਰ ਗੋਲੀ ਚੱਲ ਕਿਵੇਂ ਗਈ ਔਰ ਗੋਲੀ ਚੱਲ ਕੇ ਦੋ ਬੰਦੇ ਕਿਵੇਂ ਮਰ ਗਏ? ਇੱਕ ਮਿੰਟ ਸਰ, ਗੋਲੀ ਇੱਕ ਥਾਂ ਨਹੀਂ ਚੱਲੀ, ਗੋਲੀ ਬਹਿਵਲ ਕਲਾਂ ਵੀ ਚੱਲੀ, ਗੋਲੀ ਕੋਟਕਪੂਰੇ ਵੀ ਚੱਲੀ, ਔਰ ਜੇ ਉੱਥੋਂ ਦੇ ਸੀਐਮ ਨੂੰ ਇਹ ਨਹੀਂ ਪਤਾ ਵੀ ਉਸ ਮੈਨੂੰ ਗੋਲੀ ਚਲਾ ਕੌਣ ਗਿਆ, ਤੇ ਉਹ ਡੇਢ ਸਾਲ 'ਚ ਫਿਰ ਇਹ ਵੀ ਨਹੀਂ ਫੜ ਸਕਿਆ ਗੋਲੀ ਕੌਣ ਚਲਾ ਗਿਆ। ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹੀ ਸਵਾਲ ਲਵਾਂਗੇ, ਗੋਲੀ ਚਲਾਉਂਦੇ ਹੁਕਮ ਕਿਹਨੇ ਦਿੱਤੇ ਸੀਗੇ? ਨਵੇਂ ਅਕਾਲੀ ਵਸਿਸ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਸ ਵਕਤ ਬਹਿਸ ਕਿਹੜੀ ਗੱਲ ਦੀ ਚੱਲ ਰਹੀ ਹੈਗੀ ਹੈ? ਸਵਾਲ ਇਹ ਹੈਗਾ, ਬਹਿਸ ਇਹ ਚੱਲ ਰਹੀ ਹੈ ਕਿ ਵਿਰੋਧੀਆਂ ਖਿਲਾਫ ਰਣਨੀਤੀ ਕਿਹੜੀ ਘੜੀ ਜਾਵੇ, ਜਾਂ ਬਹਿਸ ਇਹ ਚੱਲ ਰਹੀ ਹੈ ਕਿ ਹੁਣ ਜਿਹੜਾ ਸਾਡਾ ਅੰਦਰੋਂ ਵਿਰੋਧ ਹੋ ਰਿਹਾ ਉਸ ਨੂੰ ਰੋਕਿਆ ਕਿਵੇਂ ਜਾਵੇ? ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਹੋਣਗੇ। ਗੰਭੀਰ ਨਹੀਂ ਹੈਗੇ ਵਿਰੋਧੀਆਂ ਨਾਲ ਨਾਲ ਟਕਸਾਲੀ ਆਗੂਆਂ ਦੇ ਸਵਾਲਾਂ ਦੇ ਕੀ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ? ਅਰਜਿੰਦਰ ਸਿੰਘ ਖਾਲਸਾ ਸਾਹਿਬ, ਸ਼੍ਰੋਮਣੀ ਖਾਲਸਾ ਪੰਚਾਇਤ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਤੁਸੀਂ ਇਸ ਪੰਥ ਨੂੰ, ਇਸ ਪੰਥੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਜਿਹੜਾ ਸਵਾਲ ਇੱਥੇ ਚੁੱਕਿਆ ਜਾ ਰਿਹਾ ਹੈਗਾ ਕਿ ਗੋਲੀ ਦੇ ਹੁਕਮ ਕਿਹਨੇ ਦਿੱਤੇ ਸੀ, ਮੈਂ ਉਸ ਸਵਾਲ 'ਤੇ ਨਹੀਂ ਤੁਹਾਡੇ ਕੋਲ ਆ ਰਿਹਾ, ਮੈਂ ਉਸ ਸਵਾਲ 'ਤੇ ਆ ਰਿਹਾ। ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਇੱਕ ਸਵਾਲ ਕਹਿ ਰਿਹਾ ਕਿ ਜਿੰਦੀ ਵੀ ਕੇਂਦਰ ਵਿੱਚ ਸਰਕਾਰ ਹੁੰਦੀ ਹੈ ਡੇਰਾਂ ਦੀ ਮਦਦ ਕਰਦਾ ਸੀ, ਇਹਦਾ ਕੋਈ ਜਵਾਬ ਹੈ ਤੁਹਾਡੇ? ਦੇਖੋ, ਇਹਦਾ ਜਵਾਬ ਨਹੀਂ, ਇਹ ਗੱਲ ਬਿਲਕੁਲ ਸਹੀ ਹੈ ਕਿ ਸਾਰੇ ਪੋਲੀਟੀਕਲ ਪਾਰਟੀਆਂ ਉਹ ਡੇਰੇ ਦੇ ਕੋਲ ਜਾਂਦੀਆਂ ਨੇ, ਉਹ ਆਪਣਾ ਤੋਲਦੇ ਨੇ ਵੀ ਉਹਨਾਂ ਨੂੰ ਫਾਇਦਾ ਕਿੱਥੇ ਹੈ, ਉਹਨਾਂ ਨੂੰ ਐਡਵਾਂਟੇਜ ਕੌਣ ਦੇਵੇਗਾ। ਜਿਸ ਤਰ੍ਹਾਂ ਹੁਣ ਅਕਾਲੀ ਦਲ ਨਾਲ ਉਹਨਾਂ ਦਾ ਸੌਦਾ ਹੋਇਆ ਵੀ ਜਿਹੜਾ ਸਿੱਖਾਂ ਦਾ ਵਿਰੋਧ ਹੈ ਉਹ ਖਤਮ ਹੋ ਜਾਏਗਾ, ਅਸੀਂ ਤੁਹਾਨੂੰ ਮਾਫ਼ ਕਰਾ ਦੇਵਾਂਗੇ ਅਕਾਲ ਤਖ਼ਤ ਤੋਂ, ਅਕਾਲ ਤਖ਼ਤ ਤੋਂ ਮਾਫ਼ ਹੋਣ ਨਾਲ ਤੁਹਾਡੀ ਜਿਹੜੀ ਹੈ ਉਹ ਦਾਇਰਾ ਵੱਧ ਜਾਏਗਾ। ਇਹ ਸੌਦਾ ਹੋਇਆ ਅਤੇ ਉਹ ਅਕਾਲੀ ਦਲ ਨੂੰ ਸਪੋਰਟ ਕਰਨ ਲਈ ਤਿਆਰ ਹੋ ਗਿਆ, ਇਹ ਤਾਂ ਸ਼ੋਅ ਫਲੋਪ ਹੋ ਗਿਆ ਕਿਉਂਕਿ ਸਿੱਖ ਸੰਗਤ ਜਾਗ ਪਈ। ਜਥੇਦਾਰ ਅਕਾਲ ਤਖ਼ਤ ਨੇ ਜੋ ਰੋਲ ਪਲੇਅ ਕੀਤਾ ਉਹ ਸਾਰੀ ਸਿੱਖ ਸੰਗਤ ਦੀ ਨਜ਼ਰ ਦੇ ਵਿੱਚ ਆ ਗਿਆ ਵੀ ਇਹ ਧੋਖਾ ਦਿੱਤਾ ਜਾ ਰਿਹਾ, ਕੌਮ ਨਾਲ ਫਰੋਡ ਕੀਤਾ ਜਾ ਰਿਹਾ, ਟੋਟਲ ਕੋਈ ਮਾਫ਼ੀਨਾਮੇ ਵਾਲੀ ਗੱਲਬਾਤ ਨਹੀਂ, ਉਹ ਉੱਥੇ ਪੇਸ਼ ਨਹੀਂ ਹੋਇਆ, ਜਿਹੜਾ ਲਿਖਤੀ ਉਹਦਾ ਬਿਆਨ ਕਿਹਾ ਜਾ ਰਿਹਾ ਉਹਦੇ ਵਿੱਚ ਵੀ ਕੋਈ ਮਾਫ਼ੀ ਦਾ ਲਫ਼ਜ਼ ਨਹੀਂ ਅਤੇ ਸਾਰੀ ਕੌਮ ਨਾਲ ਧੋਖਾ ਹੋ ਰਿਹਾ, ਉੱਥੋਂ ਹੀ ਇਹ ਗੱਲ ਪੱਖਿਆ। ਔਰ ਮੈਂ ਇੱਕ ਗੱਲ ਬੜੀ ਸਾਫ਼ ਕਹਿਣਾ ਚਾਹਾਂਗਾ, ਥੋੜ੍ਹੀ ਤਕਲੀਫ਼ ਹੋਏਗੀ ਸੁਣਨ ਦੇ ਵਿੱਚ, ਕਿਉਂਕਿ ਜਥੇਦਾਰ ਦੇ ਖਿਲਾਫ਼ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਸੀ, ਉਹ ਖਤਮ ਨਹੀਂ ਸੀ ਹੋ ਰਿਹਾ, ਉਹ ਹੁਕਮਨਾਮਾ ਵੀ ਰੱਦ ਕਰ ਦਿੱਤਾ, ਉਹਦੇ ਬਾਅਦ ਵੀ ਸਿੱਖ ਸੰਗਤਾਂ ਦਾ ਰੋਸ ਜਿਹੜਾ ਵੱਧ ਰਿਹਾ ਸੀ, ਹਰ ਦਿਨ ਵੱਧ ਰਿਹਾ ਸੀ, ਉਧਰੋਂ ਧਿਆਨ ਹਟਾਉਣ ਦੇ ਵਾਸਤੇ ਉਹਦੇ ਨਾਲੋਂ ਕੋਈ ਵੱਡਾ ਕਾਰਾ ਕਰਨਾ ਜ਼ਰੂਰੀ ਸੀ। ਉਸ ਕਾਰੇ ਦਾ ਫਾਇਦਾ ਕਿਹਨੂੰ ਮਿਲਣਾ ਸੀ? ਜਥੇਦਾਰ ਅਕਾਲ ਤਖ਼ਤ ਨੂੰ, ਅਕਾਲੀ ਦਲ ਨੂੰ, ਅਤੇ ਉਹ ਕਾਰਾ ਕਰਾ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੂਪ ਦੇ ਵਿੱਚ, ਹੁਣ ਉਹ ਕਿਹਨੂੰ ਫਾਇਦਾ ਮਿਲਣਾ ਸੀ, ਕਿਹਨੇ ਕਰਾਇਆ ਦਾ ਅੰਦਾਜ਼ਾ ਸਾਰੀ ਸੰਗਤ ਆਪ ਸਮਝ ਸਕਦੀ ਹੈ। ਅਰਜਿੰਦਰ ਸਿੰਘ ਖਾਲਸਾ ਸਾਹਿਬ, ਇਹ ਪੋਲੀਟੀਕਲ ਇਲਜ਼ਾਮਬਾਜ਼ੀ ਹੈ ਜਾਂ ਇਸ ਵਿੱਚ ਤੁਹਾਨੂੰ ਕੋਈ ਤੱਥ ਨਜ਼ਰ ਆਉਂਦਾ ਜਿਸ ਦੇ ਤਹਿਤ ਤੁਸੀਂ ਇਹ ਗੱਲ ਕਹਿ ਰਹੇ ਹੋ? ਤੁਸੀਂ ਮੈਨੂੰ ਇਹ ਦੱਸ ਦਿਓ ਕਿ ਇਹਦਾ ਫਾਇਦਾ ਹੋਰ ਕਿਸ ਨੂੰ ਹੋ ਸਕਦਾ ਸੀ ਉਸ ਵੇਲੇ ਦੇ ਜੋ ਹਾਲਾਤ ਸਨ? ਇਹ ਆਪਣੇ ਆਪ ਦੇ ਵਿੱਚ ਇੱਕ ਸਰਕਮਸਟੈਂਸ਼ੀਅਲ ਐਵੀਡੈਂਸ ਹੈ
ਧਿਆਨ ਹਟਾਉਣ ਦੇ ਵਾਸਤੇ ਐਡਾ ਵੱਡਾ ਇੱਕ ਕਾਰਾ ਕਰ ਦਿੱਤਾ ਗਿਆ ਜਾਂ ਕਰਾ ਦਿੱਤਾ ਗਿਆ। ਮੈਂ ਸਮਝਣਾ ਜਿਨ੍ਹਾਂ ਨੇ ਕੀਤਾ ਉਹ ਘੱਟ ਗੁਨਾਹਗਾਰ ਨੇ, ਜਿਹੜੇ ਉਹਦੇ ਪਿੱਛੇ ਨੇ ਉੱਥੇ ਤੱਕ ਨਹੀਂ ਪਹੁੰਚਿਆ ਜਾ ਰਿਹਾ ਅਜੇ ਵੀ। ਤੁਸੀਂ ਕਹਿ ਰਹੇ ਜਥੇਦਾਰ ਸਾਹਿਬ ਨੂੰ ਬਚਾਉਣ ਦੇ ਲਈ ਸਭ ਕੁਝ ਕੀਤਾ ਗਿਆ? ਹਾਂਜੀ, ਅਕਾਲੀ ਦਲ ਨੂੰ ਬਚਾਉਣ ਲਈ ਜੀ, ਜਥੇਦਾਰ ਨੂੰ ਕੀ, ਕਿਉਂਕਿ ਜਥੇਦਾਰ ਦੇ ਪਿੱਛੇ ਅਕਾਲੀ ਦਲ ਸੀ, ਅਕਾਲੀ ਦਲ ਨੇ ਫੈਸਲਾ ਕਰਾਇਆ ਸੀ, ਇਹ ਸਾਹਮਣੇ ਆ ਗਿਆ ਸਾਰਾ, ਜਾਂ ਅਕਾਲੀ ਦਲ ਨੇ ਵਿੱਚ ਹੋ ਕੇ ਜਥੇਦਾਰਾਂ ਦੇ ਕੋਲੋਂ ਜਿਹੜਾ ਇਹ ਹੁਕਮਨਾਮਾ ਜਾਰੀ ਕਰਾਇਆ। ਕੋਈ ਨੀ, ਇਹ ਇਲਜ਼ਾਮ ਬੜੇ ਗੰਭੀਰ ਹੈਗੇ ਜਿਹੜੇ ਹੁਣ ਲੱਗੇ ਹੈਗੇ ਤੁਹਾਡੇ ਤੇ, ਇਹਨਾਂ ਇਲਜ਼ਾਮਾਂ ਦਾ ਕੀ ਜਵਾਬ ਦੇ ਸਕਦੇ ਹੋ? ਮੈਨੂੰ ਨਹੀਂ ਪਤਾ ਰਜਿੰਦਰ ਸਿੰਘ ਖਾਲਸਾ ਕੋਲ ਕਿਹੜੇ ਤੱਥ ਹੈਗੇ ਆ, ਪਰ ਜਿਹੜੇ ਇਹਨਾਂ ਨੇ ਇਲਜ਼ਾਮ ਲਾਏ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਦੇ ਆਪ ਨੂੰ ਬਚਾਉਣਾ ਸੀ, ਇਸ ਲਈ ਸਭ ਕੁਝ ਹੋ ਗਿਆ। ਜਿਹੜੀਆਂ ਹੁਣ 72 ਬੇਅਦਬੀਆਂ ਹੋਈਆਂ ਨੇ ਉਸ ਤੋਂ ਬਾਅਦ ਉਹ ਕੌਣ ਕਰਵਾ ਰਹੇ? ਬਸ ਇਹਨਾਂ ਤੋਂ ਇੰਨਾ ਹੀ ਪੁੱਛਣਾ ਕਾਫੀ ਹੈ। ਮੈਂ ਜਿਹੜੀਆਂ ਬਾਕੀ ਗੱਲਾਂ ਨੇ ਜਿਹੜੀਆਂ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੈਗੇ ਹੋ, ਔਰ ਤੁਸੀਂ ਸਵਾਲ ਵੀ ਪੁੱਛਿਆ ਰਿਪੋਰਟ ਆਈ ਕੀ ਹੈ? ਪਟਿਆ ਪਹਾੜ 'ਤੇ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ। ਜਿਹੜੀ ਮੈਂ ਸੋਹਲ ਸਾਹਿਬ ਨੂੰ ਬਾਅਦ ਪੁੱਛਦਾ ਹੈਗਾ, ਇਹਨਾਂ ਨੇ ਸ਼ਾਇਦ ਰਿਪੋਰਟ ਪੜ੍ਹੀ ਨਹੀਂ ਜਾਂ ਦੇਖੀ ਨਹੀਂ, ਇਹਨਾਂ ਨੇ ਕਹਿਤਾ ਕਿ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਆਇਆ। ਇੱਕ ਵੀ ਲਾਈਨ ਦੱਸੋ ਬਾਦਲ ਸਾਹਿਬ ਦੇ ਉੱਤੇ ਇਲਜ਼ਾਮ ਕਿੱਥੇ ਆਇਆ ਹੈਗਾ? ਕਿਸ ਤੁਸੀਂ ਆਪ ਦੱਸ ਦਿਓ ਨਾ, ਫਿਰ ਤੁਸੀਂ ਆਪ ਦੱਸ ਦਿਓ ਤੁਸੀਂ ਆਪ ਦੱਸ ਦਿਓ ਕਿ ਆਖੇ ਵੀ ਉਦੋਂ ਗੋਲੀ ਦੇ ਹੁਕਮ ਕਿਹਨੇ ਦਿੱਤੇ ਸੀਗੇ? ਹਾਂ, ਗੋਲੀ ਦੇ ਹੁਕਮ ਦੀ ਉਹ ਵੀ ਸੁਣ ਲਓ। ਅੱਜ ਬਾਦਲ ਸਾਹਿਬ ਦਾ ਵੀ ਤੁਸੀਂ KP ਸਾਹਿਬ ਆ ਗਿਆ ਹੈਗਾ ਕਿ ਮੈਂ 2 ਵਜੇ ਗੱਲ ਕੀਤੀ ਔਰ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ, ਮੈਂ ਮਨਤਾਰ ਬਰਾੜ ਨੂੰ ਵੀ ਕਿਹਾ ਔਰ ਮੈਂ DGP ਨੂੰ ਵੀ ਕਿਹਾ ਕਿ ਦੇਖੋ ਕੋਈ ਫੋਰਸ ਯੂਜ਼ ਨਹੀਂ ਕਰਨੀ। ਔਰ ਦੂਸਰੀ ਗੱਲ, ਇੱਕ ਗੱਲ ਕਿ ਕੋਟਕਪੂਰਾ ਅਲੱਗ ਹੈ, ਬਹਿਬਲ ਕਲਾਂ ਅਲੱਗ ਹੈ। ਕੋਟਕਪੂਰੇ ਦੇ ਉੱਤੇ ਧਰਨਾ ਸੀ, ਬਹਿਬਲ ਕਲਾਂ ਦੇ ਉੱਤੇ ਤਾਂ ਕੁਛ ਹੈ ਹੀ ਨਹੀਂ ਸੀ, ਉਹ ਤਾਂ ਜੋ ਵੀ ਹੋਇਆ ਉਸ ਤੋਂ ਬਾਅਦ ਹੈ। ਬਾਦਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕੋਟਕਪੂਰਾ ਬਾਰੇ ਮੈਂ ਜ਼ਿਕਰ ਕੀਤਾ ਸੀ, ਬਹਿਬਲ ਕਲਾਂ ਦਾ ਉਦੋਂ ਕੋਈ ਜ਼ਿਕਰ ਨਹੀਂ ਹੋਇਆ ਸੀਗਾ, ਬਹਿਬਲ ਕਲਾਂ ਦਾ ਕਹਿੰਦੇ ਪਤਾ ਵੀ ਨਹੀਂ ਸੀਗਾ। ਬਾਦਲ ਸਾਹਿਬ ਬਾਦਲ ਸਾਹਿਬ ਉਹ ਸ਼ਖਸ ਨੇ ਜਿਹੜੇ ਹਮੇਸ਼ਾ ਕਹਿੰਦੇ ਆ ਕਿ ਪੰਜਾਬ ਵਿੱਚ ਕੀੜੀ ਵੀ ਤੁਰੀ ਜਾਂਦੀ ਹੈ ਉਹਨਾਂ ਨੂੰ ਦਿਖਦੀ ਹੈ। ਬਾਦਲ ਸਾਹਿਬ ਇਹ ਵੀ ਹੈ ਕਿ ਬਾਦਲ ਸਾਹਿਬ ਕੀੜੀ ਵੀ ਨਹੀਂ ਮਾਰ ਸਕਦੇ, ਇਹ ਵੀ ਹੈ ਕਿ ਬਾਦਲ ਸਾਹਿਬ ਨੇ ਅੱਜ ਤਾਈਂ ਕਦੇ ਕੋਈ ਇਹੋ ਜਿਹਾ ਹੁਕਮ ਨਹੀਂ ਦਿੱਤਾ। ਉਹ ਕੋਈ ਪੰਜਾਬ 'ਚ ਬੰਦਾ ਮੰਨ ਨਹੀਂ ਸਕਦਾ ਕਿ ਸਿੱਖ ਸੰਗਤ ਬੈਠੀ ਹੋਵੇ ਤੇ ਬਾਦਲ ਸਾਹਿਬ ਹੁਕਮ ਦੇਣ। ਪੁਲਿਸ ਤੁਹਾਡੇ ਕਹਿਣੇ ਵਿੱਚ ਨਹੀਂ ਸੀ, ਪੁਲਿਸ ਤੁਹਾਡੇ ਕਹਿਣੇ ਵਿੱਚ ਨਹੀਂ ਸੀ, ਉਹ ਤਾਂ ਬਾਦਲ ਸਾਹਿਬ ਦਾ ਬਿਆਨ ਆਇਆ ਕਿ ਮੈਂ ਨਹੀਂ ਕਿਹਾ ਹੈਗਾ, ਮੈਂ ਨਹੀਂ ਕਿਹਾ, ਮਤਲਬ ਪੁਲਿਸ ਤੁਹਾਡੇ ਕਹਿਣੇ ਵਿੱਚ ਨਹੀਂ ਸੀ। ਮੇਰੀ ਗੱਲ ਸੁਣੋ, ਜਸਟਿਸ ਰਣਜੀਤ ਸਿੰਘ ਹੋਣੀ ਜਾਂ ਜਿਹਨੇ ਵੀ ਇਲਜ਼ਾਮ ਲਾਓ, ਜਿਹਨੇ ਵੀ ਕੀਤਾ ਕਸੂਰ, ਮੈਂ ਤੁਹਾਡੇ ਇਕਮੈਂਟ ਮੇਰੀ ਗੱਲ ਸੁਣੋ KP ਸਾਹਿਬ, ਮੈਂ ਇਹ ਕਹਿ ਰਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਾਂ ਹੋਰ ਕੋਈ ਕਿਤੇ ਵੀ ਜ਼ਿਕਰ ਹੈ ਔਰ ਤੁਸੀਂ ਹੁਣ CBI ਨੂੰ ਦਿੱਤਾ ਹੈ, ਜੇ CBI ਬਿਆਨ ਦੀ ਗੱਲ ਕਰ ਰਿਹਾ ਕਿ ਜੇ ਉਹਨਾਂ ਦੇ ਉੱਤੇ ਇਲਜ਼ਾਮ ਤੁਸੀਂ ਲਾ ਰਹੇ ਹੋ ਤੇ ਜੇ ਉਹ ਕਸੂਰਵਾਰ ਹੈ ਤੇ ਜੇ ਕਿਸੇ ਨੇ ਕਿਹਾ ਹੈ, ਤੁਸੀਂ ਕਸੂਰਵਾਰ ਕੱਢੋ ਔਰ ਉਹਨੂੰ ਬੇਸ਼ੱਕ ਫਾਂਸੀ ਦੇ ਦਿਓ ਚੌਰਾਹੇ 'ਚ। ਤੁਸੀਂ ਨਹੀਂ ਦੱਸੋਗੇ ਕਿ ਅਸੀਂ ਕੀ ਦੱਸਾਂਗੇ? ਉਸ ਤੋਂ ਬਾਅਦ ਇੱਕ ਮਿੰਟ, ਨਹੀਂ ਹਾਲੇ ਗੱਲ ਨਹੀਂ ਖਤਮ ਨਹੀਂ ਹੋਈ, ਤੁਸੀਂ ਗੱਲ ਤੱਕ ਦੇ ਰਹੇ ਆ, ਕਿੱਥੇ ਵਗਦ ਦੇ ਰਹੇ ਆ, ਇਸ ਦੇ ਵਿੱਚ ਹੀ ਬੋਲਣ ਲੱਗ ਪੈਣਾ। ਇੱਕ ਮਿੰਟ ਸੋਲੀ, ਰੋਪੜਾ ਸੋਲੀ, ਬਚਾਉਣ ਦੇ ਵਾਸਤੇ ਸੋਲੀ, ਇਹ ਬਾਦਲ ਸਾਹਿਬ ਦਾ ਸੋਲੀ ਸੋਲੀ ਸਰਕਾਰ ਦੀ। ਦੂਸਰੀ ਗੱਲ, ਪੁਲਿਸ ਇਹਨਾਂ ਨੇ ਆਪਣੇ ਆਪ ਕਰ ਰਹੇ ਨੇ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਹ ਕੰਕਲੂਡਿਡ ਹੈ, ਕੰਕਲੂਡਿਡ ਨਹੀਂ ਹੈ, ਇਟ ਇਜ਼ ਇਨਕਨਕਲੂਸਿਵ, ਔਰ ਉਹਦੇ ਵਿੱਚ ਲਿਖਿਆ ਹੋਇਆ ਕਿ ਇਹ ਕੰਪਲੀਟ ਨਹੀਂ ਹੈ, ਇਹਦੀ ਟੈਕਨੀਕਲ ਹੈਲਪ ਚਾਹੀਦੀ ਹੈ, ਇਸ ਕਰਕੇ ਇਹਨੂੰ CBI ਨੂੰ ਦਿੱਤਾ ਜਾਵੇ। ਜੇ CBI ਨੂੰ ਦਿੱਤੀ, ਜਿੱਥੋਂ ਤੱਕ ਸਿੱਖ ਸੰਗਤ ਦਾ ਖਿਆਲ ਹੈ, ਔਰ ਇਹ ਕਹਿੰਦੇ ਜੀ ਬੇਅਦਬੀ, ਬੇਅਦਬੀ ਉਸ ਇਨਸਾਨ ਨੇ ਨਹੀਂ ਕੀਤੀ ਜਿਹਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਨੰਗੇ ਪੈਰੀ ਖੜਿਆ ਹੋ ਕੇ 100 ਖਾਧੀ ਅਤੇ 100 ਪੂਰੀ ਨਹੀਂ ਹੋਈ, ਉਹਨਾਂ ਨੇ ਨਹੀਂ ਕੀਤੀ। ਨਵਜੋਤ ਸਿੱਧੂ ਕੀ ਕਰ ਰਿਹਾ ਸੀ? ਉਹ ਨਵਜੋਤ ਸਿੱਧੂ ਕਹਿ ਰਿਹਾ ਸੀਗਾ ਕਿ ਮੈਨੂੰ ਰਾਤ ਭਰ ਨੀਂਦ ਨਹੀਂ ਆਈ, ਮੇਰਾ ਦਿਲ ਬਲੂੰਦ ਰਿਹਾ ਗਿਆ, ਮੈਨੂੰ ਇਹ ਹੋ ਗਿਆ, ਉਹ ਹੋ ਗਿਆ, ਔਰ ਉਹ ਨਵਜੋਤ ਸਿੱਧੂ ਰਾਧੇ ਮਾਂ ਦੇ ਦਰਬਾਰ 'ਚ ਜਾਂਦਾ, ਉਹਨੂੰ ਗੋਦੀ ਚੱਕ ਕੇ ਕਹਿੰਦਾ ਕਿ ਮੈਨੂੰ ਤਾਂ ਰੱਬ ਇੱਥੇ ਹੀ ਦਰਸ਼ਨ ਹੁੰਦੇ ਨੇ। ਉਹ ਨਵਜੋਤ ਸਿੱਧੂ ਜਿਹੜਾ ਆਸਾਰਾਮ ਦੇ ਦਰਬਾਰ 'ਚ ਜਾਂਦਾ, ਜਿਹੜਾ ਆਸਾਰ, ਉਹ ਕੌਣ ਹੈ? ਉਹ ਪੰਥਕ ਦੀਆਂ ਗੱਲਾਂ ਕਰਦੇ ਨੇ। 1984 ਦਾ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਪੰਥਕ ਕਹਿਣ ਲੱਗ ਪਏ ਨੇ। ਇਹ ਜਿਹੜੀ ਗੱਲ ਹੈ, ਜਿਹੜੀ ਕੰਬੋਜ ਸਾਹਿਬ ਗੱਲਾਂ ਕਰ ਰਹੇ ਨੇ, ਤੱਥਾਂ ਦੇ ਉੱਤੇ ਗੱਲ ਨਹੀਂ ਕਰ ਰਹੇ। ਇਹ TV ਦੇ ਮੇਰੇ ਛੋਟੀ ਮੈਂ ਗੱਲ 'ਚ ਬੋਲਿਆ ਜਨਾਬ, ਨਾ ਹੁਣ ਮੈਨੂੰ ਬੋਲ ਲੈਣ ਦਿਓ। ਓਕੇ, ਦੇਖੋ ਇਹ ਕਹਿੰਦੇ ਬਾਦਲ ਸਾਹਿਬ ਕੀੜੀ ਨਹੀਂ ਮਾਰ ਸਕਦੇ। 13 ਅਪ੍ਰੈਲ 1978 ਨੂੰ 18 ਸਿੰਘ ਸ਼ਹੀਦ ਹੋਏ, ਸਰਦਾਰ ਬਾਦਲ ਮੁੱਖ ਮੰਤਰੀ ਸੀ।
ਠੀਕ ਹੈ ਉਸ ਟਾਈਮ ਦੇ ਉੱਤੇ ਨਿਰੰਕਾਰੀਆਂ ਨੂੰ ਉਦੋਂ ਵੀ ਕਿਹਾ ਗਿਆ ਵੀ ਨਾ ਉਹ ਇਜਾਜ਼ਤ ਦਿਓ, ਇਜਾਜ਼ਤ ਦੇ ਕੇ ਸਿੰਘ 18 ਸ਼ਹੀਦ ਹੋਏ, ਉਦੋਂ ਵੀ ਸਰਦਾਰ ਮੁੱਖ ਮੰਤਰੀ ਬਾਦਲ ਨਹੀਂ ਸੀਗੇ, ਉਦੋਂ ਵੀ ਸਰਦਾਰ ਮੁੱਖ ਮੰਤਰੀ ਬਾਦਲ ਨੇ ਇਜਾਜ਼ਤ ਨਹੀਂ ਦਿੱਤੀ ਗੋਲੀ ਦੀ, ਜੇ ਆਪਣਾ ਉਸ ਤੋਂ ਬਾਅਦ ਹੁਣ ਕੋਈ ਕਾਂਡ ਹੋਇਆ ਗੋਲੀ ਮਾਰੀਆਂ ਤਾਂ ਵੀ ਬਾਦਲ ਸਾਹਿਬ ਨੇ ਦਿੱਤੀ, ਕਿਉਂਕਿ ਬਾਦਲ ਸਾਹਿਬ ਨਹੀਂ ਕਿਸੇ ਨੂੰ ਉਹ ਪਰਮਿਸ਼ਨ ਦਿੰਦੇ, ਗੋਲੀ ਆਪਣੇ ਆਪ ਚੱਲਦੀ ਆ, ਬੰਦੇ ਆਪਣੇ ਆਪ ਮਰ ਜਾਂਦੇ ਆ, ਇਸ ਕਰਕੇ ਇਹ ਗੱਲਾਂ ਨਹੀਂ ਉਹ ਠੀਕ। ਦੂਜੀ ਗੱਲ ਇਹ ਹੁਣ ਅੱਜ ਆਪਣਾ ਜਦੋਂ ਕਹਿੰਦੇ ਹੁੰਦੇ ਨਾ ਵੀ ਆਪਦੇ ਝੂਠ ਨੂੰ ਛੁਪਾਉਣ ਵਾਸਤੇ ਬੰਦਾ 100 ਹੋਰ ਝੂਠ ਬੋਲਦਾ, ਇਹ ਆਪਾਂ ਨੂੰ ਝੂਠ ਦੇ ਨਾਲ ਗੱਲਾਂ ਨੇ ਛੁਪਣਾ ਨਹੀਂ। ਬਾਕੀ ਮੈਂ ਇੱਕ ਤੁਹਾਨੂੰ ਗੱਲ ਬੜੀ ਕਲੀਅਰ ਕਰਦਾ, ਜਸਟਿਸ ਰਣਜੀਤ ਸਿੰਘ ਨੇ ਕਿਤੇ ਨਹੀਂ ਕਿਹਾ ਵੀ CBI ਨੂੰ ਇਨਕੁਆਇਰੀ ਦਿਓ, ਜਸਟਿਸ ਰਣਜੀਤ ਸਿੰਘ ਨੇ ਤਾਂ ਇਹ ਕਿਹਾ ਵੀ ਇਹਦੀ ਫਰਦਰ ਇਹਦੇ 'ਤੇ ਸਿੱਟ ਬਿਠਾ ਕੇ ਇਨਕੁਆਇਰੀ ਕਰਨ ਦੀ ਲੋੜ ਹੈ ਔਰ ਉਹ ਹੋ ਰਹੀ ਹੈ ਔਰ ਉਹ ਹੋ ਰਹੀ ਸਾਰੇ ਉਲਝਾ ਰਹੇ ਹੋ ਸਾਰੇ ਉਲਝਾ ਕਰਕੇ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ CBI ਨੂੰ ਜਾਂਚ ਦਿਓ, ਤੁਸੀਂ ਕਹਿ ਰਹੇ ਹੋ ਉਹਨਾਂ ਨੇ ਇਹ ਨਹੀਂ ਕਿਹਾ ਸੀ, ਤੁਸੀਂ ਫਿਰ CBI ਕੋਲ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ CBI ਵਾਸਤੇ ਜਾਂਚ ਇਸ ਕਰਕੇ ਸੀ ਵੀ ਇੱਕ ਪੱਖ ਪਹਿਲਾਂ CBI ਕੋਲੇ ਗਿਆ ਹੋਇਆ ਸੀ ਵੀ ਅਸੀਂ ਉਹਨੂੰ ਇੰਟਰਲਿੰਕ ਕਰਕੇ ਕਰ ਲਈਏ, ਪਰ ਜਦੋਂ ਅਸੀਂ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਦੇ ਕੇ ਵਿਧਾਨ ਸਭਾ ਦਾ ਸੈਂਟੀਮੈਂਟਸ ਦੇ ਕੇ ਅਸੀਂ ਵਾਪਸ ਨਾ ਫੈਸਲਾ ਵਾਪਸ ਲੈ ਲਿਆ, ਇਹਦੇ ਵਿੱਚ ਫਰਦਾ ਕੀ ਹੈ? ਨਾ ਤੁਹਾਨੂੰ ਕਮਿਸ਼ਨ ਦੀ ਰਿਪੋਰਟ ਤੇ ਪੂਰਾ ਭਰੋਸਾ ਸੀ, ਨਾ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈਗਾ। ਕੰਬੋਜ ਸਾਹਿਬ ਨੇ ਕਿਹਾ ਵਾ ਕਿ ਉਹ ਜਿਹੜਾ ਸੀ ਬਾਦਲ ਸਾਹਿਬ ਨਾਲ ਰਾਤ ਗੱਲ ਹੋਈ, MLA ਸਰਦਾਰ ਮਨਤਾਰ ਸਿੰਘ ਬਰਾੜ ਦੇ ਨਾਲ ਵੀ ਹੋਈ ਤੇ DGP ਸਾਹਿਬ ਨਾਲ ਵੀ ਹੋਈ, ਫਿਰ ਉਹਨਾਂ ਨੇ ਕਿਹਾ ਜੀ ਇਹ ਕੋਈ ਪਾਵਰ ਨਹੀਂ ਵਰਤਣੀ, ਇਹ ਗੱਲ ਜਿਹੜੀ ਆ ਕੋਈ ਮੰਨਣ ਵਾਲੀ ਨਹੀਂ ਗਈ ਵੀ ਬਾਦਲ ਸਾਹਿਬ ਦੇ ਨਾਲ ਗੱਲ ਹੋਈ ਹੋਵੇ ਤੇ ਫਿਰ ਵੀ ਜਿਹੜਾ ਵਾ ਉੱਥੇ ਗੋਲੀ ਚੱਲ ਜੇ ਬਾਦਲ ਸਾਹਿਬ ਦੇ ਹੁਕਮ ਤੋਂ ਬਿਨਾਂ, ਸੋ ਇਹ ਸੱਚਾਈ ਨਹੀਂ ਇਹਦੇ ਵਿੱਚ ਕੋਈ ਲੱਗਦੀ। ਦੂਸਰਾ ਜਿਹੜਾ ਗੱਲ ਇਹਨਾਂ ਨੇ ਕਹੀ ਆ ਕਿ ਉਹ ਬਾਦਲ ਸਾਹਿਬ ਤੋਂ ਬਿਨਾਂ ਜਿਹੜੀ ਆ ਇਹ ਗੋਲੀ ਚੱਲ ਗਈ, ਇਹ ਬਿਲਕੁਲ ਮੰਨਣਯੋਗ ਨਹੀਂ ਹੈਗੀ। ਅਰਜਨ ਸਿੰਘ ਖਾਲਸਾ ਇਹਨਾਂ ਨੇ ਦੇਖੋ ਇੱਕ ਗੱਲ ਜਿਹੜੀ ਇਹਨਾਂ ਨੇ ਇੱਕ ਲਾਈਨ 'ਚ ਮੈਂ ਜਵਾਬ ਦੇ ਦੇਵਾਂ, ਇਟ ਇਜ਼ ਐਨ ਅਸੰਪਸ਼ਨ ਕਿ ਗੱਲ ਹੋਈ ਸੀ ਅਤੇ ਹੁਕਮ ਦਿੱਤਾ ਹੋਣਗੇ, ਇਟ ਇਜ਼ ਐਨ ਅਸੰਪਸ਼ਨ। ਮੈਂ ਕਹਿੰਦਾ ਕਿ ਜੇ ਬਾਦਲ ਸਾਹਿਬ ਨੇ ਹੁਕਮ ਦਿੱਤਾ ਹੈ ਗੋਲੀ ਚਲਾਉਣ ਦਾ ਤਾਂ ਬਾਦਲ ਸਾਹਿਬ ਦੇ ਉੱਤੇ ਐਕਸ਼ਨ ਲਓ, ਜ਼ਰੂਰ ਲਓ। ਮੈਂ ਕਾਂਗਰਸ ਨੂੰ ਕਹਿ ਰਿਹਾ, ਸਰਕਾਰ ਨੂੰ ਕਹਿ ਰਿਹਾ, ਲਓ ਐਕਸ਼ਨ। ਇਹਨਾਂ ਨੂੰ ਕਹੋ, ਸਰਕਾਰ ਨੂੰ ਕਹੋ ਤੁਸੀਂ। ਮੈਂ ਸਵਾਲ ਫਿਰ ਤੁਹਾਨੂੰ ਦੁਹਰਾ ਰਿਹਾ ਕੰਬੋਜ ਸਾਹਿਬ, ਜੇ ਬਾਦਲ ਸਾਹਿਬ ਨੇ ਹੁਕਮ ਨਹੀਂ ਦਿੱਤਾ ਇਹਦਾ ਮਤਲਬ ਪੁਲਿਸ ਨੇ ਆਪਦੇ ਆਪ ਗੋਲੀ ਚਲਾਈ ਚਲਾਈ। ਠੀਕ ਹੈ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਗੋਲੀ ਕਿਵੇਂ ਚੱਲ ਗਈ, ਇਹ ਸਵਾਲ ਦਾ ਜਵਾਬ ਹੈ ਇੱਥੇ ਇਹ ਮਿਲ ਗਿਆ ਹੈਗਾ ਕਿ ਗੋਲੀ ਪੁਲਿਸ ਨੇ ਆਪਦੇ ਆਪ ਚਲਾ ਦਿੱਤੀ। ਇਹ ਅਸੀਂ ਨਹੀਂ ਕਹਿ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਇਹ ਗੱਲ ਕਹਿ ਰਹੇ ਹੈ ਕਿ ਬ੍ਰੇਕ ਤੋਂ ਵਾਪਸ ਆ ਰਿਹਾ ਨਵੇਂ ਅਕਾਲੀ ਵਰਸਸ ਟਕਸਾਲੀ। ਗੰਭੀਰ ਨਹੀਂ ਹੈਗੇ ਵਿਰੋਧੀਆਂ ਨਾਲ ਟਕਸਾਲੀ ਆਗੂਆਂ ਦੇ ਸਵਾਲਾਂ ਦੇ ਕੀ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ? ਰਜਿੰਦਰ ਸਿੰਘ ਖਾਲਸਾ, ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਸੀਗਾ, ਅਕਾਲੀ ਦਲ ਦੇ ਟਕਸਾਲੀ ਅੱਗੇ ਹੈ ਅਤੇ ਪਿੱਛੇ ਕੌਣ? ਦੇਖੋ ਗੱਲ ਇਹ ਹੈ, ਜਿਸ ਵੇਲੇ ਇਹ ਪਤਾ ਲੱਗ ਜਾਂਦਾ ਹੈ ਕਿ ਪਾਰਟੀ ਕਮਜ਼ੋਰ ਹੋ ਗਈ ਹੈ, ਜਿਹੜੀ ਮੇਨ ਲੀਡਰਸ਼ਿਪ ਉਹਦੀ ਜਿਹੜੀ ਹੈ ਉਹ ਕ੍ਰਾਈਸਿਸ ਦੇ ਵਿੱਚ ਹੈ, ਅਤੇ ਇਹ ਬਗਾਵਤੀ ਸੁਰਾਂ ਜਿਹੜੀਆਂ ਉੱਠਣ ਲੱਗ ਪੈਂਦੀਆਂ ਨੇ, ਉਹ ਪਹਿਲਾਂ ਹਲਕੀਆਂ ਉੱਠਦੀਆਂ ਨੇ। ਔਰ ਇੱਕ ਗੱਲ ਤਾਂ ਬੜੀ ਪੱਕੀ ਸੀ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਾਅਦ ਅਕਾਲੀ ਦਲ ਦਾ ਟੁੱਟਣਾ ਇੱਕ ਲਾਜ਼ਮੀ ਜਿਹਾ ਹੋ ਗਿਆ, ਜਿਵੇਂ ਉਹਨਾਂ ਨੇ ਆਪਣੇ ਪੁੱਤਰ ਨੂੰ ਜ਼ਬਰਦਸਤੀ ਅਕਾਲੀ ਦਲ ਉੱਤੇ ਠੋਸਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਸੀਨੀਅਰ ਲੀਡਰ ਬੈਠੇ ਨੇ ਉਹਨਾਂ ਦੇ ਬਾਵਜੂਦ, ਇਹ ਜ਼ਰੂਰੀ ਸੀ ਉਸ ਇਸ ਇਸ਼ੂ ਦੇ ਆਉਣ ਦੇ ਨਾਲ, ਅਕਾਲੀ ਦਲ ਦੇ ਉੱਤੇ ਹਮਲਾ ਹੋਣ ਨਾਲ, ਬਾਦਲ ਪਰਿਵਾਰ ਦੇ ਉੱਤੇ ਹਮਲਾ ਹੋਣ ਨਾਲ ਉਹ ਸੁਰਾਂ ਬਾਗੀ ਸੁਰਾਂ ਜਿਹੜੀਆਂ ਉਹ ਹੁਣੇ ਸਰਗਰਮ ਹੋ ਗਈਆਂ ਨੇ। ਇੱਕ ਗੱਲ ਮੈਂ ਜੋ ਕੰਬੋਜ ਸਾਹਿਬ ਨੇ ਹੁਣੇ ਕਹੀ ਸੀ ਉਹਨੂੰ ਜ਼ਰੂਰ ਕਹਿਣਾ ਚਾਹਾਂਗਾ। ਇਹਨਾਂ ਨੇ ਕਿਹਾ ਜੀ ਕਿ ਬਾਦਲ ਸਾਹਿਬ ਨੇ ਕਿਹਾ ਵੀ ਕੋਈ ਉੱਥੇ ਸਖਤੀ ਨਹੀਂ ਵਰਤਣੀ, ਉਹਦੇ ਬਾਅਦ ਗੋਲੀ ਚੱਲੀ, ਇਹਦਾ ਮਤਲਬ ਹੈ ਉਹ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਗੋਲੀ ਚਲਾਈ ਗੁਨਾਹਗਾਰ ਨੇ, ਦੇ ਆਰ ਮਰਡਰਰਸ, ਉਹਨਾਂ ਨੇ ਕਤਲ ਕੀਤਾ ਦੋ ਸਿੱਖਾਂ ਦਾ, ਨੌਜਵਾਨਾਂ ਦਾ। ਬਾਦਲ ਸਾਹਿਬ ਨੇ ਉਹਨਾਂ ਦੀ ਸਰਕਾਰ ਨੇ ਕੀ ਐਕਸ਼ਨ ਲਿਆ ਉਹਨਾਂ ਦੇ ਖਿਲਾਫ, ਉਹਨਾਂ ਵਿੱਚੋਂ ਕਿਹਨੂੰ ਕੈਟਾਗਰੀ ਦੇ ਵਿੱਚ ਖੜਾ ਕੀਤਾ, ਕਿਹਦੇ ਖਿਲਾਫ FIR ਦਰਜ ਹੋਈ, ਕਿਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ, ਜੇ ਨਹੀਂ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ। ਇਹ ਸਾਫ਼ ਗੱਲ ਹੈ ਕਿ ਬਾਦਲ ਸਾਹਿਬ ਦੀ ਮਿਲੀ ਭੁਗਤ ਹੈ ਉਹਦੇ ਵਿੱਚ, ਇੱਕ ਸਫਾਈ ਦੇਣ ਦੀ ਕੋਸ਼ਿਸ਼। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬਾਦਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਨੇ ਕੋਟਕਪੁਰਾ ਦੇ ਸੰਦਰਭ ਵਿੱਚ ਗੱਲ ਕੀਤੀ ਸੀ, ਕੋਟਕਪੁਰਾ ਵਿੱਚ ਵੀ ਗੋਲੀ ਚੱਲੀ, ਐਡਮਿਟ ਕਰ ਦਿਓ ਨਾ ਇਸ ਗੱਲ। ਬਾਇਬਲ ਕਲਾ ਬਾਰੇ ਉਹ ਕਹਿੰਦੇ ਅਸੀਂ ਗੱਲ ਨਹੀਂ ਕੀਤੀ, ਕੋਟਕਪੁਰਾ ਬਾਰੇ ਜ਼ਿਕਰ ਹੋਇਆ, ਇਹਦਾ ਮਤਲਬ ਉੱਥੇ ਵੀ ਬਾਦਲ ਸਾਹਿਬ ਦੇ ਹੁਕਮਾਂ ਦੀ ਤਮੀਲ ਹੋਈ ਜਾਂ ਉਹਨਾਂ ਦੇ ਹੁਕਮ ਮੰਨੇ ਨਹੀਂ ਗਏ, ਤੁਸੀਂ ਕੀ ਕਹੋਗੇ? ਮੈਂ ਇਹ ਕਹਿ ਰਿਹਾ ਜੀ ਕਿ ਜੇ ਗੋਲੀ ਤਾਂ ਚੱਲੀ ਹੈ, ਤੁਸੀਂ ਇਹਨੂੰ ਡਿਨਾਈ ਥੋੜ੍ਹਾ ਕਰ ਸਕਦੇ, ਗੋਲੀ ਚੱਲੀ ਹੈ, ਜੇ ਚੱਲੀ ਹੈ ਤਾਂ ਜਿਹਨੇ ਹੁਕਮ ਦਿੱਤੇ ਨੇ, ਜਿਹਨੇ ਚਲਾਏ ਨੇ, ਸਰਕਾਰ ਕਾਂਗਰਸ ਦੀ ਹੈ ਉਸ ਵੇਲੇ, ਜਿਹੜਾ ਮੈਂ ਪਹਿਲਾਂ ਖਾਲਸਾ ਸਾਹਿਬ ਦਾ ਜਵਾਬ ਦੇ ਲਵਾਂ, ਇਹਨਾਂ ਨੇ ਕਿਹਾ ਜੀ ਪਾਰਟੀ ਕਮਜ਼ੋਰ ਹੋ ਗਈ ਔਰ ਸੁਖਬੀਰ ਸਿੰਘ ਬਾਦਲ ਨੂੰ ਬਣਾ ਦਿੱਤਾ, ਇਸ ਕਰਕੇ ਜਿਹੜਾ ਹੈ ਗੁੱਸਾ ਹੋਇਆ। ਉਹਨੂੰ ਤਾਂ 10 ਸਾਲ ਪਹਿਲਾਂ ਪ੍ਰਧਾਨ ਬਣਾਇਆ ਸੀ, ਉਹਦੇ ਹੀ ਉਹ ਅਕਾਲੀ ਦਲ ਦਾ ਪ੍ਰਧਾਨ ਸੀ ਅਤੇ 5 ਸਾਲ ਬਾਅਦ ਫਿਰ ਗੌਰਮੈਂਟ ਜਿੱਤੀ। ਜੇ ਇੰਨੀ ਕਮਜ਼ੋਰ ਹੋ ਗਈ ਸੀ ਤਾਂ ਫਿਰ ਉਹ 5 ਸਾਲ ਅਗਲੇ ਹੋਰ ਕਿਉਂ ਜਿੱਤ ਗਈ? 10 ਸਾਲ ਦਾ ਰਾਜ ਕਰਨ ਤੋਂ ਬਾਅਦ ਵੀ ਫਿਰ ਵੀ 31% ਵੋਟ ਉਹਨਾਂ ਨੂੰ ਪੈ ਗਿਆ। ਔਰ ਜਿਹੜੀਆਂ ਵੀ ਦੂਸਰੀਆਂ ਪਾਰਟੀਆਂ
ਉਹ ਜਿੱਦਾਂ ਸਿਮਰਨਜੀਤ ਸਿੰਘ ਮਾਨ ਜਾਂ ਵਗੈਰਾ ਜਾਂ ਇਹਨਾਂ ਦੀ ਪਾਰਟੀ ਕਿੰਨੀ ਵੋਟ ਪਈ, ਪੁਆਇੰਟਾਂ 'ਚ ਵੋਟ ਪਈ ਹੈ ਅਤੇ ਪਾਰਟੀ ਉਹ ਕਮਜ਼ੋਰ ਹੋ ਗਈ। ਦੂਸਰੀ ਗੱਲ, ਤੁਸੀਂ ਇਹਨਾਂ ਨੇ ਕਿਹਾ ਕਿ ਵੀ ਉਹ ਕਿਉਂ ਨਹੀਂ ਫੜੇ ਗਏ, ਐੱਸ ਆਈ ਟੀ ਬਣਾਈ ਗਈ, ਰਮਬੀਰ ਸਿੰਘ ਖੱਟੜਾ ਡੀ ਆਈ ਜੀ ਸੀ ਉਸ, ਉਹ ਤੁਸੀਂ ਜਦੋਂ ਇਨਕੁਆਇਰੀ ਕਰਦੇ ਹੋ ਜੇ ਡੇਢ ਸਾਲ ਪਹਿਲਾਂ ਲੱਗਿਆ, ਡੇਢ ਸਾਲ ਹੋਣ ਲੱਗਿਆ, ਤਾਂ ਰਣਵੀਰ ਸਿੰਘ ਖੱਟੜਾ ਨੇ ਕੀ ਕਿਹਾ? ਰਣਵੀਰ ਸਿੰਘ ਖੱਟੜਾ ਨੇ ਕਿਹਾ ਕਿ ਮੇਰੇ ਉੱਤੇ ਕੋਈ ਦਬਾਅ ਨਹੀਂ ਸੀ, ਨਾ ਮੇਰੇ ਕੋਲ ਪਿਛਲੀ ਸਰਕਾਰ ਦਾ ਕੋਈ ਦਬਾਅ ਸੀ, ਨਾ ਮੇਰੇ ਕੋਲ ਹੁਣ ਦੀ ਸਰਕਾਰ ਦਾ ਦਬਾਅ ਸੀ। ਮੈਂ ਰੋਜ਼ ਗੁਰਦੁਆਰਾ ਸਾਹਿਬ ਪਹਿਲਾਂ ਅਰਦਾਸ ਕਰਦਾ ਸੀ ਕਿ ਮੇਰੇ ਤੋਂ ਕੋਈ ਸਭ ਕੁਝ ਠੀਕ ਠਾਕ ਹੋਵੇ। ਹੁਣ ਉਹਦੀ ਰਿਪੋਰਟ ਆ ਗਈ ਹੈ, ਕੀ ਉਸ ਰਿਪੋਰਟ ਦੇ ਵਿੱਚ ਬਾਦਲ ਸਾਹਿਬ ਦੇ ਕੋਈ ਇਲਜ਼ਾਮ ਹੈ, ਕਿਸੇ ਅਕਾਲੀ ਦਲ 'ਤੇ ਇਲਜ਼ਾਮ ਹੈ? ਜਿਨ੍ਹਾਂ 'ਤੇ ਇਲਜ਼ਾਮ ਹੈ ਮੈਂ ਕਹਿੰਦਾ ਜ਼ਰੂਰ ਸਜ਼ਾ ਦਿਓ, ਅਸੀਂ ਸਿੱਖ ਹੈਗੇ ਹਾਂ, ਅਸੀਂ ਇਨਸਾਨ ਹੈਗੇ ਹਾਂ, ਅਤੇ ਜੇ ਕਿਸੇ ਵੀ 'ਤੇ ਤਸ਼ੱਦਦ ਹੁੰਦਾ, ਕੋਈ ਡੈਥ ਹੁੰਦੀ ਹੈ, ਜਿਹੜਾ ਉਹਦਾ ਗੁਨਾਹਗਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਹੂ ਇਜ਼ ਸਟੋਪਿੰਗ ਇਟ? ਠੀਕ ਹੈ ਸਦੇਸ਼ ਰੋਪੜ, ਤੁਸੀਂ ਦੋਨੋਂ ਪਾਰਟੀਆਂ ਨੇ ਇਹੋ ਜਿਹਾ ਮਾਹੌਲ ਕਿਉਂ ਕ੍ਰੀਏਟ ਕਰਤਾ ਕਿ ਪੰਜਾਬ ਵਿੱਚ ਪੁਤਲੇ ਫੂਕ ਕੇ ਜਾਣ? ਨਹੀਂ, ਅਸੀਂ ਕਿਉਂ ਮਾਹੌਲ ਕ੍ਰੀਏਟ ਕੀਤਾ ਕੇ ਪੀ ਸਾਹਿਬ? ਮੈਨੂੰ ਤਾਂ ਇਸ ਗੱਲ ਦਾ ਤੁਹਾਡੇ 'ਤੇ ਉਹ ਆਏਗਾ, ਤੁਸੀਂ ਇਹ ਸਵਾਲ ਜਿਹੜਾ ਕਰ ਰਹੇ ਹੋ, ਪੁੱਤਰੇ ਦਾ ਅਕਾਲੀ ਦਲ ਫੂਕ ਰਿਹਾ, ਉਹ ਜਦੋਂ ਡਿਫੈਂਸਿਵ ਹੋ ਗਿਆ, ਉਹ ਆਪਦੇ ਆਪ ਨੂੰ ਆਫੈਂਸਿਵ ਹੋਣ ਦੀ ਕੋਸ਼ਿਸ਼ ਕਰ ਰਿਹਾ। ਪੇਸ਼ ਹੋਣ ਤੋਂ ਬਾਅਦ ਪਹਿਲਾਂ ਪੁੱਤਲੇ ਪੰਜਾਬ 'ਚ ਫੂਕੇ ਗਏ? ਜੇ ਪੰਜਾਬ ਬਾਰੇ ਤੁਸੀਂ ਚੰਗਾ ਭਲਾ ਸੋਚਦੇ ਹੈਗੇ ਹੋ, ਤੇ ਪੰਜਾਬ ਵਿੱਚ ਇਹੋ ਜਿਹੀ ਸਿਆਸਤ ਮੈਨੂੰ ਨਹੀਂ ਲੱਗਦਾ ਨਿੱਜੀ ਤੌਰ ਤੇ ਕਿ ਇਹੋ ਜਿਹੀ ਸਿਆਸਤ ਹੋਣੀ ਚਾਹੀਦੀ ਪੰਜਾਬ ਦੇ ਵਿੱਚ। ਕਿਉਂਕਿ ਸਾਰੀਆਂ ਪਾਰਟੀਆਂ, ਮੈਂ ਸਾਰੀਆਂ ਪਾਰਟੀਆਂ ਨੂੰ ਕਹਿ ਰਿਹਾ ਸੀ, ਸਾਰੀਆਂ ਪਾਰਟੀਆਂ ਇਸ ਮੁੱਦੇ ਨੂੰ ਭੜਕਾਉਣਾ ਚਾਹ ਰਹੀਆਂ। ਇੱਕ ਮਿੰਟ ਮੈਨੂੰ ਮੇਰੀ ਇੱਕ ਗੱਲ ਦੱਸੋ, ਅਸੀਂ ਗੁਰੂ ਦੇ ਨਾਲ ਸਾਡੇ ਦੀ ਉਹਦੇ ਅੰਗ ਉਹ ਉਹਨਾਂ ਦਾ ਸਾੜੇ ਜਾਣ, ਉਹਨਾਂ ਦੀ ਬੇਅਦਬੀ ਹੋਵੇ, ਉਸ ਤੋਂ ਬਾਅਦ ਉਹਦੀ ਇਨਕੁਆਇਰੀ ਵੀ ਨਾ ਕਰੀਏ, ਉਹਦੀ ਇਨਕੁਆਇਰੀ ਕਰਕੇ ਵਿਧਾਨ ਸਭਾ 'ਚ ਡਿਸਕਸ ਵੀ ਨਾ ਕਰੀਏ? ਇਹ ਤੁਸੀਂ ਇਹਨੂੰ ਕਹਿੰਦੇ ਉਸ ਕਿਸਮ ਦਾ ਮਾਹੌਲ? ਕਿਸੇ ਨੇ ਉਸ ਕਿਸਮ ਦਾ ਮਾਹੌਲ ਨਹੀਂ ਕ੍ਰੀਏਟ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਬਰਾਬਰ ਮੌਕਾ ਦਿੱਤਾ ਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਕੋਸ਼ਿਸ਼ ਕੀਤੀ ਗਈ, ਬਾਰ ਬਾਰ ਸਪੀਕਰ ਕਹਿੰਦਾ ਰਿਹਾ ਬੈਠੋ, ਢੀਂਡਸਾ ਸਾਹਿਬ ਬੈਠੋ, ਸੁਖਬੀਰ ਜੀ ਬੈਠੋ, ਤੁਸੀਂ ਆਓ ਆ ਕੇ ਆਪਣੀ ਗੱਲ ਰੱਖੋ, ਮੈਂ ਰਾਤ ਦੇ 12 ਵਜੇ ਤੱਕ ਬੈਠਾ, ਇਹ ਵਿਧਾਨ ਸਭਾ ਦੇ ਰਿਕਾਰਡ ਦੀ ਗੱਲ ਹੈ, ਲਾਈਵ ਹੋਇਆ, ਇਸ ਕਰਕੇ ਕੋਈ ਮੁੱਕਰ ਵੀ ਨਹੀਂ ਸਕਦਾ, ਜਿਵੇਂ ਇਹ ਤਾਂ ਕਹਿ ਕੇ ਵੀ ਨਹੀਂ ਕਿਹਾ, ਉਹਨਾਂ ਨੇ ਬਹੁਤ ਵਾਰ ਵਾਰ ਕਿਹਾ ਉੱਥੇ ਡਿਸਕਸ ਕਰਦੇ, ਆਪਣੀ ਗੱਲ ਰੱਖਦੇ, ਪਰ ਫਰੋਮ ਡੇ 1, ਨਹੀਂ ਮੇਰੀ ਪੂਰੀ ਗੱਲ ਹੋ ਲੈਣ ਦਿਓ, ਫਰੋਮ ਡੇ 1 ਜਦੋਂ ਤੋਂ ਇਹ ਬੇਅਦਬੀਆਂ ਹੋਈਆਂ, ਜਦੋਂ ਤੋਂ ਉਹ ਗੋਲੀ ਚੱਲੀ, ਉਦੋਂ ਤੋਂ ਇਹ ਕਿਹਨੂੰ ਬਚਾਉਣ ਲੱਗੇ ਹੋਏ ਸੀ? ਸਾਨੂੰ ਇਹ ਨਹੀਂ ਸਮਝ ਆਈ, ਡੇਢ ਸਾਲ ਪਹਿਲਾਂ ਇਹਨਾਂ ਨੇ ਕੁਛ ਨਹੀਂ ਕੀਤਾ। ਖੱਟੜਾ ਸਾਹਿਬ ਤਾਂ ਦੇਖੋ ਅਫੀਸਰ ਨੇ, ਉਹਨਾਂ ਨੇ ਤਾਂ ਕਹਿਣਾ ਹੀ ਹੈ, ਬਟ ਖੱਟੜਾ ਸਾਹਿਬ ਜਿਹੜੀ ਚੀਜ਼ ਹੁਣ ਕ੍ਰੈਕ ਕਰਕੇ ਲੈ ਆਏ, ਜਿਹੜੀ ਚੀਜ਼ ਉਦੋਂ ਵੀ ਲੈ ਕੇ ਆ ਸਕਦੇ ਸੀ, ਡੇਢ ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ, ਪਰ ਗੱਲ ਇਹ ਹੈ ਵੀ ਇਹਨਾਂ ਦੀ ਮਨਸ਼ਾ ਨਹੀਂ ਸੀ। ਖੱਟੜਾ ਸਾਹਿਬ ਨੇ ਕ੍ਰੈਕ ਕੀਤਾ ਕਿ ਡੇਰਾ ਪ੍ਰੇਮੀਆਂ ਦਾ ਹੱਥ ਸੀ ਇਹਦੇ ਵਿੱਚ, ਬਿਲਕੁਲ, ਫਿਰ ਰਾਮ ਰਹੀਮ ਨੂੰ ਵੀ ਲੈ ਕੇ ਆਓ। ਮੈਂ ਕਹਿੰਦਾ ਜਦੋਂ ਉਹਦਾ ਜ਼ਿਕਰ ਹੀ ਨਹੀਂ ਕਰਦੇ ਸਰ, ਕਿਉਂ ਨਹੀਂ ਕਰਦੇ ਉੱਥੇ ਵਿਧਾਨ ਸਭਾ 'ਚ? ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਸਾਰਿਆਂ ਨੇ ਦੇਖਿਆ, ਉਹ ਰਾਮ ਰਹੀਮ ਦਾ ਵੀ ਹੋਇਆ ਜਦੋਂ ਰਾਮ ਰਹੀਮ ਦੇ ਰੋਲ ਦੀ ਗੱਲ ਆਈ ਆ, ਜਦੋਂ ਉਹਨੂੰ ਉਹਦੇ ਤੇ ਲੈ ਕੇ ਆਪਣਾ ਕੀ ਕਹਿੰਦੇ ਹੁੰਦੇ ਨੇ ਲਿਆ ਕੇ ਉਹਨੂੰ ਵੀ ਉਹਦੇ ਤੋਂ ਵੀ ਪੁੱਛ ਕੇ ਛੋਣੀ ਹੈ, ਅਲਟੀਮੇਟਲੀ ਗੱਲ ਜੇ ਤਾਰਾਂ ਜੁੜਦੀਆਂ ਨੇ ਸਾਰਾ ਕੁਝ ਕਾਫੀ ਨਾਲ ਗੱਲ ਕਹਿ ਰਹੇ ਹੋ, ਇਹ ਰਾਮ ਰਹੀਮ ਦਾ ਵਿੱਚ ਹਜੇ ਜ਼ਿਕਰ ਹੋਣਾ ਬਾਕੀ ਹੈ, ਜੋ ਡੇਰਾ ਪ੍ਰੇਮੀਆਂ ਨਾਲ ਤੁਸੀਂ ਕਨੈਕਸ਼ਨ ਤੁਹਾਡੀ ਐਸਆਈਟੀ ਜੋੜ ਰਹੀ ਹੈ, ਮੈਂ ਕਹਿੰਦਾ ਹਜੇ ਜ਼ਿਕਰ ਹੋਣਾ ਬਾਕੀ ਹੈ। ਮੈਂ ਕਹਿੰਦਾ ਜਨਾਬ ਜਦੋਂ ਇੱਕ ਦੇਖੋ ਇੱਕ ਗੱਲ ਹੈ ਵੀ ਜਦੋਂ ਹੁਣ ਉਸ ਗੱਲ ਨੂੰ ਆਪਾਂ ਕਿਹਾ ਹੈਗਾ ਵੀ ਉੱਥੇ ਫਰਦਰ ਇਨਵੈਸਟੀਗੇਸ਼ਨ ਹੋਣੀ ਕਾਹਦੀ ਹੈ, ਇਹਨਾਂ ਗੱਲਾਂ ਦੀ ਹੋਣੀ ਹੈ ਨਾ ਵੀ ਉਹ ਜਿਹੜੇ ਅੰਗ ਕਿਹਨੇ ਉਹ ਬੇਅਦਬੀ ਕਰਾਈ, ਦੂਜਾ ਜਿਹੜਾ ਸੀਗਾ ਵੀ ਉਹਦੇ ਵਿੱਚ ਕਿਹਦਾ ਕਿਹਦਾ ਹੱਥ ਹੈ, ਕਿਹਦਾ ਕਿਹਦਾ ਰੋਲ ਹੈ, ਉਸੇ ਗੱਲ ਦੀ ਤਾਂ ਇਨਵੈਸਟੀਗੇਸ਼ਨ ਹੋਣੀ ਹੈ, ਬਾਕੀ ਤਾਂ ਹੋ ਗਈ, ਬਾਕੀ ਬਿੱਟੂ ਵਗੈਰਾ ਦਾ ਫੜ ਲਈ ਸੋਲ ਸਾਹਿਬ ਕਰਨਾ ਇਹਦਾ ਫੜੇ ਸੋਲ ਸਾਹਿਬ, ਤੁਸੀਂ ਐਗਰੀ ਹੋ ਇਸ ਸਿਆਸਤ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਪੁਤਲਾ ਫੂਕੇ ਜਾ ਰਿਹਾ, ਚਾਹੇ ਅਕਾਲੀ ਦਲ ਫੂਕ ਰਿਹਾ, ਚਾਹੇ ਆਮ ਆਦਮੀ ਪਾਰਟੀ ਉਹਦੇ ਵਿੱਚ ਲੱਗੀ ਪਈ ਹੈ, ਚਾਹੇ ਕਾਂਗਰਸ ਲੱਗੀ ਪਈ ਹੈ, ਚਾਹੇ ਹੋਰ ਪੰਥਕ ਜਥੇਬੰਦੀਆਂ ਲੱਗੀਆਂ ਪਈਆਂ ਹੈਗੀਆਂ, ਇਹ ਜ਼ਰੂਰੀ ਹੈ ਇਹਦੇ 'ਚ ਵੇਖੋ ਪੰਜਾਬ ਦੀ ਸਿਆਸਤ ਨੂੰ ਕੁਛ ਮਿਲ ਜੂਗਾ ਇਹਨਾਂ 'ਚ, ਪੰਜਾਬ ਨੂੰ ਮਿਲੂਗਾ ਕਿ ਨਹੀਂ ਮਿਲੂਗਾ? ਇਹਦੇ ਵਿੱਚ ਵੇਖੋ ਜੀ ਜਿਹੜਾ ਵਾ ਅੱਜ ਜੋ ਬਾਦਲ ਹੈਗਾ, ਅਕਾਲੀ ਦਲ ਬਾਦਲ, ਉਹਦਾ ਥਾਂ ਜਿਹੜਾ ਵਿਰੋਧ ਹੋ ਰਿਹਾ ਵਾ, ਪੁਤਲੇ ਫੂਕੇ ਜਾ ਰਹੇ ਨੇ ਆ, ਪਿੱਛੇ ਜਿਹੜਾ ਸੀ ਹਰਸਿਮਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਜਿਹੜੇ ਜੱਦੀ ਪਿੰਡ ਉਹਨਾਂ ਦਾ ਹੈਗਾ ਸੀ ਪਿੱਛੇ ਬਾਦਲਾਂ ਦਾ, ਤੁਸੀਂ ਸਮਰਥਨ ਕਰਦੇ ਹੋ ਪੁਤਲਾ ਫੂਕ ਮੁਹਿੰਮ ਦਾ? ਪੁਤਲਾ ਫੂਕ ਮੁਹਿੰਮ ਵੇਖੋ ਜੀ, ਲੋਕਾਂ ਦੇ ਵਿੱਚ ਤੁਸੀਂ ਸਮਰਥਨ ਕਰਦੇ ਕਿ ਨਹੀਂ ਕਰਦੇ ਬਤੌਰ ਪਾਰਟੀ? ਅਸੀਂ ਵੇਖੋ ਜੀ, ਅਸੀਂ ਵੀ ਉਹਦੇ ਵਿੱਚ ਜਿਹੜਾ ਲੋਕਾਂ ਦੇ ਜੋ ਲੋਕ ਵਿਰੋਧ ਕਰ ਰਹੇ ਨੇ, ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਤੇ ਇਸ ਕਰਕੇ ਲੋਕ ਜਿਹੜੇ ਇੰਨੇ ਕੁ ਇਸ ਵੇਲੇ ਤੁਹਾਨੂੰ ਲੱਗਦਾ ਹੋਣੇ ਚਾਹੀਦੇ ਪੁਤਲੇ ਫੂਕੇ ਜਾਣੇ ਚਾਹੀਦੇ ਪੰਜਾਬ ਦੇ, ਉਹਨਾਂ ਦੇ ਵਿੱਚ ਵੇਖੋ ਜੀ ਲੋਕਾਂ ਦਾ ਇੱਕ ਇੱਕ ਵਿਰੋਧ ਦਾ ਤਰੀਕਾ ਵਾ, ਉਹਨਾਂ ਨੇ ਇੰਨਾ ਕੁ ਅਕਾਲੀ ਦਲ ਤੋਂ ਤੰਗ ਆਏ, ਬਾਕੀ ਸਾਨੂੰ ਇਹਨਾਂ 'ਤੇ ਜਿਹੜਾ ਸੁਖਦੇਵ ਸਿੰਘ ਹੋਣਾ ਕਿਹਾ ਨੇ ਵੀ ਉਹ ਜਿਹੜੀ ਐੱਸ ਆਈ ਟੀ ਜਿਹੜੀ ਉਹ ਤੱਥ ਸਾਹਮਣੇ ਰਹਿ ਗਈ, ਜਦੋਂ ਇਹਨਾਂ ਨੇ ਕਿਹਾ ਰਣਜੀਤ ਸਿੰਘ ਰਿਪੋਰਟ ਜਿਹੜੀ ਆ ਉਹ ਸਾਰਾ ਕੁਛ ਉਹਦੇ ਵਿੱਚ ਕਲੀਅਰ ਆ,
फिर जो होर दोबारा दोबारा एस आई टी बनाने का कोई तुक नहीं बनता। सानू ये खदशा भी ये दोनों जो पार्टियां ने रलिया हुई ने, कैप्टन साहब तो सानू कोई आस नहीं गई कि ये जो अकाली दल के उत्ते कोई जो एक्शन लैन गए ज जिम्मेवार जो रिपोर्ट के ठहराए गए हैं उन्होंने उत्ते कोई एक्शन लिया जाए। मिले हुए हैं कहते मिले नहीं ये वेखो जी सारू पता वास्ते जग जा रहा है कि लोगों ने वेख लिया वा भी इन्हें इलेक्शन भी जड़िया मिलकर लड़िया वा का सिर्फ आम आदमी पार्टी रोन ली अज जी रिपोर्ट आ ਉਹਦੇ ਉੱਤੇ ਵੀ ਇਹ ਜਿਹੜਾ ਕੁਛ ਐਕਸ਼ਨ ਹੀ ਲੈ ਰਹੇ ਨਹੀਂ ਤੇ ਜੇ ਇਹ ਮੰਨਦੇ ਆ ਵੀ ਇਹ ਜਿਹੜਾ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਰਿਪੋਰਟ ਦੇ ਵਿੱਚ ਸਾਰਾ ਕੁਛ ਸਹੀ ਤੱਥ ਬਿਆਨੇਗਾ ਫਿਰ ਕਿਉਂ ਨਹੀਂ ਐਫ ਆਈ ਮੈਂ ਤੁਹਾਡੇ ਸਵਾਲ ਤੇ ਫਿਰ ਐਫ ਆਈ ਆਰ ਦਰਜ ਕਰਕੇ ਤੇ ਕਿਉਂ ਨਹੀਂ ਉਹਨਾਂ ਦੇ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਸਵਾਲ ਉਹਨਾਂ ਨੇ ਚੁੱਕਿਆ ਹੈਗਾ ਕਿ ਪਾਰਟੀਆਂ ਮਿਲੀਆਂ ਹੋਈਆਂ ਆਪਸ ਵਿੱਚ। ਮੇਰਾ ਸਵਾਲ ਇਸ ਦੇ ਨਾਲ ਹੀ ਜੁੜਿਆ ਹੋਇਆ ਕਿ ਪੁਤਲਾ ਫੂਕ ਮੁਹਿੰਮ ਸ਼ੁਰੂ ਕਰਕੇ ਚਾਹੇ ਇਧਰੋਂ ਸ਼ੁਰੂ ਕੀਤੀ ਗਈ ਚਾਹੇ ਉਧਰੋਂ ਸ਼ੁਰੂ ਕੀਤੀ ਗਈ ਆ ਵਿਰੋਧ ਇੱਕ ਜੋ ਜਿਤਾਇਆ ਜਾ ਰਿਹਾ ਹੈਗਾ ਇਸ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਵੇ ਅਤੇ ਪੰਜਾਬ ਦੀ ਜਿਹੜੀ ਸ਼ਾਂਤੀ ਹੈਗੀ ਆ ਉਸ ਨੂੰ ਪੁਤਲਾ ਫੂਕ ਮੁਹਿੰਮ ਦੇ ਵਿੱਚ ਬਦਲ ਦਿੱਤਾ ਜਾਵੇ। ਦੇਖੋ ਮੈਂ ਨਿੱਜੀ ਤੌਰ ਦੇ ਉੱਤੇ ਪੁਤਲਾ ਫੂਕਣ ਵਾਲੀ ਜਿਹੜੀ ਸਿਆਸਤ ਹੈ ਨਾ ਉਹਦੇ ਵਿੱਚ ਬਿਲੀਵ ਨਹੀਂ ਕਰਦਾ ਨਾ ਮੈਂ ਉਹਨੂੰ ਐਪਰੀਸ਼ੀਏਟ ਕਰਦਾ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲੀ ਇਹਨਾਂ ਪਾਰਟੀਆਂ ਨੇ ਕਰਾਇਆ ਉਹਦੇ ਵਿੱਚ ਸ਼ੁਰੂਆਤ ਜਿਹੜੀ ਹੋਈ ਹੈ ਉਹ ਸਿੱਖ ਭਾਵਨਾਵਾਂ ਦੇ ਵਿੱਚੋਂ ਨਿਕਲੀ ਹੈ। ਠੀਕ ਹੈ ਸ਼ੁਰੂਆਤ ਪਹਿਲਾਂ ਉੱਥੋਂ ਹੋਈ ਹੈ ਜਿਹੜੇ ਸਿੱਖ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਜਿਸਲੇ ਇਹ ਸਾਹਮਣੇ ਆ ਗਿਆ ਕਿ ਬਾਦਲ ਪਰਿਵਾਰ ਇਹਦੇ ਵਿੱਚ ਇਨਵੋਲਵਡ ਹੈ ਬਾਦਲ ਅਤੇ ਉਹਦਾ ਪੁੱਤਰ ਇਨਵੋਲਵਡ ਨੇ ਤੋ ਸਿੱਖ ਭਾਵਨਾਵਾਂ ਫੁੱਟ ਕੇ ਆਈਆਂ। ਉਹਦੇ ਬਾਅਦ ਸਿਆਸੀ ਆਗੂਆਂ ਨੇ ਜਿਹੜਾ ਉਹਨੂੰ ਹੋਰ ਅੱਗ ਦੇਣੀ ਸ਼ੁਰੂ ਕਰਤੀ ਅਗਵਾਈ ਕਰਨੀ ਸ਼ੁਰੂ ਕਰਤੀ। ਮੈਂ ਇਹਨੂੰ ਐਪਰੀਸ਼ੀਏਟ ਨਹੀਂ ਕਰਦਾ ਲੇਕਿਨ ਇੱਕ ਗੱਲ ਇਹਨਾਂ ਦੀ ਨਾਲ ਮੈਂ ਸਹਿਮਤ ਹਾਂ ਕਿ ਜਿਹੜਾ ਇਲੈਕਸ਼ਨ ਪਿਛਲਾ ਲੜਿਆ ਗਿਆ ਪੰਜਾਬ ਅਸੈਂਬਲੀ ਦਾ ਉਹ ਕਾਂਗਰਸ ਨੇ ਅਤੇ ਅਕਾਲੀ ਦਲ ਨੇ ਫਰੈਂਡਲੀ ਮੈਚ ਖੇਡਿਆ ਸੀ। ਇਸੇ ਕਰਕੇ ਕੈਪਟਨ ਸਾਹਿਬ ਬਾਦਲ ਦੀ ਕੌਂਸਟੀਚੁਐਂਸੀ 'ਚ ਇਲੈਕਸ਼ਨ ਲੜਨ ਲਈ ਗਏ ਸੀ ਤਾਂ ਕਿ ਬਾਦਲ ਨੂੰ ਬਚਾਇਆ ਜਾਵੇ ਉਹ ਹਾਰ ਨਾ ਜਾਵੇ। ਔਰ ਅੱਜ ਵੀ ਜਿਹੜਾ CBI ਨੂੰ ਕੈਪਟਨ ਸਾਹਿਬ ਨੇ ਰੈਫਰ ਕੀਤਾ ਰਣਜੀਤ ਸਿੰਘ ਕਮਿਸ਼ਨ ਆਉਣ ਤੋਂ ਬਾਅਦ ਉਹ ਇਸ ਕਰਕੇ ਸੀ ਵੀ ਇਹਨੂੰ ਲਟਕਾ ਦਿੱਤਾ ਜਾਵੇ। CBI ਨੂੰ ਦੇਣ ਨਾਲ 10 ਸਾਲ ਲੰਘ ਜਾਣਗੇ। ਇਹ ਤਾਂ ਸਿੱਖ ਸੰਗਤਾਂ ਦਾ ਰੋਸ ਉਹਨਾਂ ਦਾ ਜਜ਼ਬਾ ਉਹਦੀ ਵਜ੍ਹਾ ਕਰਕੇ ਇਹਨਾਂ ਨੂੰ ਵਾਪਸ ਲੈਣਾ ਪਿਆ ਇਹ ਫੈਸਲਾ ਵੀ CBI ਕੋਲੋਂ ਕੇਸ ਵਾਪਸ ਮੰਗਾਉਂਦੇ ਹਾਂ ਉਹ ਵੀ ਆਉਂਦਾ ਕਿ ਨਹੀਂ ਆਉਂਦਾ ਇਹ ਅਜੇ ਵੇਖਣ ਵਾਲੀ ਗੱਲ ਹੈ। ਇਹ ਸਿਰਫ ਉੱਥੇ ਕਿਹਾ ਗਿਆ ਕਿ ਵਾਪਸ ਮੰਗਾਉਂਦੇ ਹਾਂ ਇਹ ਲਟਕਾਉਣ ਵਾਲਾ ਤਰੀਕਾ ਜਿਹੜਾ ਹੈ ਨਾ ਉਹ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਬਾਦਲਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ। ਬਿਲਕੁਲ ਕੈਪਟਨ ਸਾਹਿਬ ਬਾਦਲ ਨੂੰ ਬਚਾਉਣਾ ਚਾਹੁੰਦੇ ਨੇ ਜੋ ਫੈਸਿਲਿਟੀਜ਼ ਅੱਜ ਕਾਂਗਰਸ ਸਰਕਾਰ ਨੇ ਬਾਦਲਾਂ ਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਹੋਈਆਂ ਉੱਥੋਂ ਸਾਫ਼ ਪਤਾ ਲੱਗਦਾ ਕਿ ਉਹਨਾਂ ਪ੍ਰਤੀ ਇਹਨਾਂ ਦਾ ਸੌਫਟ ਕਾਰਨਰ ਹੈ। ਤੁਸੀਂ ਵਿਰੋਧੀਆਂ ਬਾਰੇ ਤਾਂ ਇਹ ਗੱਲ ਕਹਿਤੀ ਹੈਗੀ ਆ ਪਾਰਟੀ ਜਿਹੜੀ ਅੰਦਰੂਨੀ ਪਾਰਟੀ ਦੇ ਵਿੱਚ ਜਿਹੜੇ ਸੁਰ ਉੱਠਦੇ ਪਏ ਹੈਗੇ ਆ ਉਹਦੇ ਵਿੱਚ ਬਾਦਲ ਸਾਹਿਬ ਨੂੰ ਕੌਣ ਬਚਾਏਗਾ? ਨਹੀਂ ਜਿਹੜੇ ਹੁਣ ਹਾਲਾਤ ਬਣ ਗਏ ਨੇ ਕੈਪਟਨ ਸਾਹਿਬ ਚਾਹ ਕੇ ਵੀ ਨਹੀਂ ਬਚਾ ਸਕਣਗੇ ਕਿਉਂਕਿ ਕਾਂਗਰਸ ਦੇ ਵਿੱਚ ਵੀ ਬਹੁਤੇ ਵੀਰ ਜਿਹੜੇ ਨੇ ਉਹ ਚਾਹੁੰਦੇ ਨੇ ਬਾਦਲ ਨੂੰ ਸਜ਼ਾ ਮਿਲੇ ਉਹਦੇ ਪਰਿਵਾਰ ਨੂੰ ਸਜ਼ਾ ਮਿਲੇ ਹਰ ਗੁਨਾਹਗਾਰ ਨੂੰ ਸਜ਼ਾ ਮਿਲੇ ਚਾਹੇ ਉਹ ਪੁਲਿਸ ਅਫਸਰ ਨੇ ਔਰ ਸਿੱਖ ਸੰਗਤ ਵੀ ਚਾਹੁੰਦੀ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਮੈਂ ਸਿੱਖ ਸੰਗਤ ਵੀ ਨਹੀਂ ਕਹਾਂਗਾ ਮੈਂ ਕਹਾਂਗਾ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜਿਹੜੇ ਗੁਨਾਹਗਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਔਰ ਦੋ ਸਿੱਖਾਂ ਦੇ ਕਾਤਲ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਪਰ ਜ਼ਰੂਰ ਸਜ਼ਾ ਮਿਲੇ ਹੁਣ ਜੇ ਕੈਪਟਨ ਸਾਹਿਬ ਚਾਹੁਣ ਵੀ ਤਾਂ ਉਹਨੂੰ ਬਚਾ ਨਹੀਂ ਸਕਣਗੇ ਬਾਅਦ। ਚਲੋ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਸਵਾਲ ਜੋ ਬਹੁਤ ਕਰਨੇ ਬਣਦੇ ਹੈਗੇ ਅਤੇ ਬਹੁਤ ਲੰਬੀਆਂ ਚਰਚਾਵਾਂ ਮੰਗਦੀਆਂ ਹੈਗੀਆਂ ਇਹ ਅਸੀਂ ਲਗਾਤਾਰ ਇਸ 'ਤੇ ਚਰਚਾ ਕਰਦੇ ਆ ਰਹੇ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਉਹ ਲੁਕੀਆਂ ਹੋਈਆਂ ਹੈਗੀਆਂ ਅਸੀਂ ਚਾਹੁੰਦੇ ਉਹ ਲੁਕੀਆਂ ਹੋਈਆਂ ਚੀਜ਼ਾਂ ਤੁਹਾਡੇ ਅੱਗੇ ਆਉਣ ਤੁਹਾਨੂੂੰ ਵੀ ਸਮਝ ਆਵੇ ਸਿਆਸਤ ਕਰਦੀ ਕੋਈ ਪਈ ਹੈਗੀ ਹੈ। ਬ੍ਰੇਕ ਤੋਂ ਵਾਪਸ ਆ ਰਹੇ ਗੰਭੀਰ ਨਹੀਂ ਹੈਗੇ ਕਿ ਵਿਰੋਧੀਆਂ ਨਾਲ ਟਕਸਾਲੀ ਆਗੂਆਂ ਦੇ ਸਵਾਲਾਂ ਦੇ ਕੀ ਜਵਾਬ ਦੇਵੇਗਾ ਸ਼੍ਰੋਮਣੀ ਅਕਾਲੀ ਦਲ? ਕੰਬੋਜ ਸਾਹਿਬ ਇਹ ਸਿੱਧਾ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਹੁਣ ਤੁਸੀਂ ਆਪਣੇ ਆਗੂਆਂ ਨੂੰ ਕੀ ਜਵਾਬ ਦੇਵੋਗੇ ਜਿਹੜੇ ਤੁਹਾਡੇ 'ਤੇ ਸਵਾਲ ਚੁੱਕ ਰਹੇ ਆ? ਆਪਣੇ ਆਗੂਆਂ ਨੂੰ ਜਵਾਬ ਦੇਣਾ ਕਰਨਲ CD ਸਿੰਘ ਕੰਬੋਜ ਦਾ ਕੰਮ ਨਹੀਂ ਹੈਗਾ। ਆਪਣੇ ਆਗੂਆਂ ਨੂੰ ਜਵਾਬ ਦੇਣਾ ਸੁਖਬੀਰ ਸਿੰਘ ਬਾਦਲ ਦਾ ਕੰਮ ਹੈ ਜਿਹੜਾ ਇਸ ਪਾਰਟੀ ਦੇ ਪ੍ਰਧਾਨ ਨੇ ਜਾਂ ਸਰਪ੍ਰਸਤ ਦਾ ਕੰਮ ਹੈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹ ਪ੍ਰਧਾਨ ਨੇ। ਅੱਜ ਤਾਂ ਇਹ ਮੁੱਦਾ ਨਹੀਂ ਹੈ, ਅੱਜ ਤਾਂ ਮੁੱਦਾ ਹੈ ਕਿ ਸੁਖਦੇਵ ਸਿੰਘ ਉਹਨਾਂ ਨੇ ਕਿਹਾ ਜੀ ਕਿ 1.5 ਸਾਲ ਲੱਗ ਗਿਆ, ਫਿਰ ਮੈਨੂੰ ਇਹ ਪੁੱਛਦਾ ਕਿ ਅੱਗੇ 1.5 ਸਾਲ ਹੋਰ ਕਿਉਂ ਲੱਗ ਗਿਆ ਜੇ ਇੰਨਾ ਕੰਮ ਆਸਾਨ ਸੀ? ਔਰ ਉਹਦੇ ਵਿੱਚ ਜੇ ਫਰਦਰ ਇਨਵੈਸਟੀਗੇਸ਼ਨ ਲਿਖੀ ਹੋਈ ਹੈ ਇਹਦਾ ਮੀਨਸ ਇਟ ਇਜ਼ ਨੋਟ ਕੰਕਲੂਸਿਵ। ਤੀਸਰੀ ਗੱਲ ਇਹ ਕਹਿ ਰਹੇ ਨੇ ਜੀ ਮਿਲੇ ਹੋਏ ਨੇ, ਮੈਨੂੰ ਤਾਂ ਇਹ ਕਹਿਣ ਦੀ ਲੋੜ ਨਹੀਂ ਕਿ ਮਿਲੇ ਹੋਏ ਕਿ ਨਹੀਂ ਹੋਏ। ਵਿਧਾਨ ਸਭਾ ਵਿੱਚ ਜੋ ਡਰਾਮਾ ਹੋ ਰਿਹਾ ਸੀ, ਜੋ ਨੌਟੰਕੀ ਚੱਲ ਰਹੀ ਸੀ, ਉਹਦੇ 'ਤੇ ਸਾਰੇ ਪੰਜਾਬ ਨੂੰ ਕਲੀਅਰ ਹੋ ਗਿਆ ਕਿ ਕੌਣ ਕਿਹਦੇ ਨਾਲ ਮਿਲਿਆ ਹੋਇਆ ਕਿ ਕਿਹਦੇ ਨਾਲ ਨਹੀਂ ਮਿਲਿਆ। ਦੂਸਰੀ ਗੱਲ ਜੋ ਬਾਹਰ ਕੀਤਾ ਉਹ ਡਰਾਮਾ ਨਹੀਂ ਸੀ, ਜੋ ਬਾਹਰ ਕੀਤਾ ਉਹ ਡਰਾਮਾ ਨਹੀਂ ਸੀ, ਉਸ ਉਹਦੇ 'ਤੇ ਵੀ ਆ ਜਾਂਦੇ ਹਾਂ।
दूसरी गल एक अपने खालसा जी कहते ने कि बादल इनवॉल्व है, बादल इनवॉल्व है, जी बादल इनवॉल्व है तो दियो सजा। मैं तो पहला कह चुका रिपोर्ट बनानी है, बल्कि खुद रिपोर्ट बना के जिहड़ा है लोगों के सामने, और यह फ्रेंडली मैच है कि कैप्टन अमरिंदर सिंह विधानसभा दे विच गाला कढे 92 साल दे बुजुर्ग नूं बदमाश कहे, ये फ्रेंडली मैच है। और ओ जिहड़ा बंदा स्पीकर साहब ओ इस गल नूं टोके भी नहीं और कहे भी नहीं कि इहनूं जिहड़ा है। चलो एक मिनट सर, देखो रुको, ये मर्यादा है। एक मिनट कंबोज साहब, तुसीं भी विधानसभा दी कारवाइयां बड़ियां देखियां गईआं कंबोज साहब, जे इहो जिहीआं गल्लां उत्थे होईआं तुसीं रोकदे उहनां दा जवाब दिंदे उत्थे? मेरा फिर सवाल उही है, रुकते उन्होंने जवाब देंगे? शायद जे तुसी उत्थे ना होंदे तां शायद ये चीज़ां सामने ना आउंदियां। केपी साहब, ये भी मर्यादा है विधानसभा की कि जेड़ा उत्थे प्रेजेंट नहीं है ਤੁਸੀਂ ਉਹਦੇ ਖਿਲਾਫ ਨਹੀਂ ਬੋਲ ਸਕਦੇ, ਤੁਸੀਂ ਤਾਂ ਉਹਨੂੰ ਗਾਲਾਂ ਕੱਢ ਰਹੇ। ਸਦੇਵ ਸਿੰਘ ਰੋਪੜ, ਸਦੇਵ ਸਿੰਘ ਰੋਪੜ, ਇਹ ਸਵਾਲ ਦਾ ਜਵਾਬ ਬਹੁਤ ਗੰਭੀਰਤਾ ਨਾਲ ਦਿਓ। ਅੱਜ ਅਕਾਲੀ ਦਲ ਇਹ ਹੁਣ ਭਾਸ਼ਾ ਸਿਖਾਉਣ ਲੱਗਿਆ, ਜਿਹੜਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਦੇ ਵਿੱਚ ਖੜ ਕੇ ਰਾਣਾ ਗੁਰਜੀਤ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਦਾ, ਉਹ ਅੱਜ ਮਰਿਆਦਾ ਸਿਖਾਉਣ ਲੱਗਿਆ ਕਿ ਕਾਂਗਰਸ ਪਾਰਟੀ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ? ਦੇਖੋ ਇੱਕ ਮਿੰਟ ਗੱਲ, ਰਾਣਾ ਗੁਰਜੀਤ ਨੇ ਕੀ ਕੀਤੀ ਸੀ? ਇੱਕ ਮਿੰਟ, ਅੱਜ ਗੱਲ ਮਸਲਾ ਇਹ ਹੈ, ਮਸਲਾ ਜਿਹੜਾ ਸਰਦਾਰ ਅਵਤਾਰ ਸਿੰਘ ਮੱਕੜ ਦੀ ਇਹ ਜਿਹੜੀ ਸਟੇਟਮੈਂਟ ਨੂੰ ਜਾਂ ਉਹਨਾਂ ਨੇ ਜੋ ਗੱਲ ਰੱਖੀ ਹੈ ਉਹਨੂੰ ਬੜੇ ਛੋਟੇ ਤਰੀਕੇ ਨਾਲ, ਮਸਲਾ ਬੜਾ ਸਿੱਧਾ ਹੈ ਕਿ ਤੁਸੀਂ ਸਾਰੀਆਂ ਪਾਰਟੀਆਂ ਸੰਜੀਦਾ ਕਿੰਨੀਆਂ ਹੈ? ਮੈਂ ਕਹਿੰਦਾ ਪੂਰੀ ਗੱਲ ਸੁਣ ਲਓ ਸਰ, ਸਰਦਾਰ ਅਵਤਾਰ ਸਿੰਘ ਮੱਕੜ ਉਹ ਸ਼ਖਸ ਨੇ ਜਿਹੜੇ ਕਿ ਜਿਸ ਟਾਈਮ ਦੇ ਉੱਤੇ ਜਿਹੜਾ ਉਹਨੂੰ ਸਾਧ ਨੂੰ ਜਿਹੜਾ ਸੌਦੇ ਵਾਲੇ ਨੂੰ ਜਦੋਂ ਆਪਣਾ ਮਾਫੀ ਦਿੱਤੀ ਹੈ ਤਾਂ ਉਦੋਂ ਸਰਦਾਰ ਮੱਕੜ ਪ੍ਰਧਾਨ ਸੀਗੇ, ਔਰ ਉਹਨਾਂ ਨੇ ਕਿਹਾ ਇਸ ਆਪਣੀ ਸਟੇਟਮੈਂਟ ਦੇ ਵਿੱਚ ਵੀ ਜਦੋਂ ਉਦੋਂ ਇਹ ਉਹਨੂੰ ਸਜ਼ਾ ਛੱਡ ਜਿਹੜੀ ਮਾਫ਼ ਕੀਤੀ ਗਈ ਹੈ ਉਹ ਕਿਹੜੇ ਕਿੱਥੋਂ ਪਾਵਰਾਂ ਆਈਆਂ, ਕਿੱਥੋਂ ਹੁਕਮ ਆਏ ਆ? ਉਹ ਕਹਿੰਦਾ ਸਭ ਨੂੰ ਪਤਾ ਹੈ, ਮੈਨੂੰ ਕਹਿਣ ਦੀ ਲੋੜ ਨਹੀਂ, ਇਹ ਮੱਕੜ ਸਾਹਿਬ ਕਹਿੰਦੇ ਨੇ, ਉਹਨਾਂ ਦੀ ਸਟੇਟਮੈਂਟ ਹੈ। ਇਸ ਕਰਕੇ ਸਰਦਾਰ ਮੱਕੜ ਸਿੰਘ ਦੀ ਮੱਕੜ ਸਾਹਿਬ ਦੀ ਸਟੇਟਮੈਂਟ ਨੂੰ ਛੋਟਿਆ ਨਾ ਲਓ, ਉਹ ਉਸ ਟਾਈਮ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਔਰ ਇਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰਨਾ ਚਾਹੁੰਦੇ ਨੇ। ਹੁਣ ਕੀ ਕੀਤਾ, ਹਜੇ ਵਿਧਾਨ ਸਭਾ 'ਚ ਰਿਪੋਰਟ ਪੇਸ਼ ਨਹੀਂ ਹੋਈ, ਲੌਂਗੋਵਾਲ ਸਾਹਿਬ ਤੋਂ ਪਹਿਲਾਂ ਜਿਹੜੀ ਹੈਗੀ ਹੈ ਆਪਣੀ ਕਹਿਤਾ ਕੰਡੈਮ ਕਰਾਤਾ, ਸ਼੍ਰੋਮਣੀ ਕਮੇਟੀ ਦਾ ਮਤਲਬ ਨਹੀਂ ਬਣਦਾ ਉਹਦੇ ਵਿੱਚ। ਸ਼੍ਰੋਮਣੀ ਕਮੇਟੀ ਜਿਹੜੀ ਉਸ ਟਾਈਮ ਆਪਦਾ ਰੋਲ ਨਿਭਾਉਂਦੀ ਜਦੋਂ ਇਹ ਵਾਕੇ ਹੋਏ ਸੀ, ਸ਼੍ਰੋਮਣੀ ਕਮੇਟੀ ਤਾਂ ਹੁਣ ਰਿਪੋਰਟ ਨੂੰ ਖਾਰਜ ਕਰਨ ਤੁਰੀ ਹੋਈ ਹੈ, ਉਸ ਇਨਸਾਫ ਦਿਵਾਉਣ ਬਲਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਜਿਹੜਾ ਰੋਲ ਨਹੀਂ ਨਿਭਾਇਆ। ਸੋਲ ਸਾਹਿਬ, ਸ਼੍ਰੋਮਣੀ ਕਮੇਟੀ ਦੀ ਭੂਮਿਕਾ ਨੂੰ ਕਿਸ ਤਰੀਕੇ ਦੇਖਦੇ ਹੋ? ਸ਼੍ਰੋਮਣੀ ਕਮੇਟੀ ਜਿਹੜੀ ਆ ਜੀ ਉਹ ਬਿਲਕੁਲ ਜੋ ਬਾਦਲ ਕਹਿੰਦੇ ਨੇ ਉਹਨਾਂ ਦੇ ਇਸ਼ਾਰੇ 'ਤੇ ਚੱਲਦੀ ਆ, ਅਤੇ ਉਹ ਜੋ ਆਪਣੇ ਹੱਕ ਦੇ ਵਿੱਚ ਉਹ ਘੁਮਾਉਣਾ ਚਾਹੁੰਦੇ ਨੇ ਉਹ ਸ਼੍ਰੋਮਣੀ ਕਮੇਟੀ ਉਸੇ ਤਰ੍ਹਾਂ, ਕਿਉਂਕਿ ਲੌਂਗੋਵਾਲ ਸਾਹਿਬ, ਸੋਲ ਸਾਹਿਬ ਹੁਣ ਬਾਦਲ ਸਾਹਿਬ ਨੇ ਕਿਹਾ, ਮੱਕੜ ਸਾਹਿਬ ਨੂੰ ਇਹ ਚੀਜ਼ ਬੋਲ ਦਿਓ? ਮੱਕੜ ਸਾਹਿਬ ਤਾਂ ਵੇਖੋ ਜੇ ਬੋਲੇ ਨੇ ਤਾਂ ਵਧੀਆ ਉਹਨਾਂ ਨੇ ਕੀਤਾ ਵਾ, ਜੋ ਉਹਨਾਂ ਨੇ ਸੱਚਾਈ ਉਹ ਸਾਹਮਣੇ ਲਿਆਂਦੀ ਆ, ਵੀ ਜੇ ਉਹਨਾਂ ਕੋਲ ਸੱਚਾਈ ਕੁਛ ਹੈਗੀ ਸੀ ਇਹਦੇ ਰਿਪੋਰਟ ਦੇ ਬਾਬਤ, ਤਾਂ ਉਹ ਜ਼ਰੂਰ ਉੱਥੇ ਵਿਧਾਨ ਸਭਾ ਦੇ ਵਿੱਚ ਬਹਿਸ ਕਰਦੇ, ਕਿਉਂ ਭੱਜੇ? ਅਤੇ ਇਹ ਮੱਕੜ ਸਾਹਿਬ ਦੀ ਅਸੀਂ ਤਾਰੀਫ ਕਰਦੇ ਹਾਂ ਵੀ ਮੱਕੜ ਸਾਹਿਬ ਨੇ ਇਹ ਗੱਲ ਜਿਹੜੀ ਆ ਉਹ ਸ਼ਰੇਆਮ ਕਹੀ ਆ। ਠੀਕ ਹੈ, ਅਰਜਨ ਸਿੰਘ ਖਾਲਸਾ ਸਾਹਿਬ, ਮੈਨੂੰ ਪਤਾ ਸੀ ਨਹੀਂ ਜਵਾਬ ਹੋਣਾ ਇਸ ਗੱਲ ਦਾ। ਖਾਲਸਾ ਸਾਹਿਬ, ਤੁਸੀਂ ਵੀ ਇੱਥੇ ਬਹਿ ਕੇ SGPC ਨੂੰ ਬਹੁਤ ਨਿੰਦੇ ਰਹੇ ਹੋ। ਖਾਲਸਾ ਸਾਹਿਬ, ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੂੰਗਾ, ਅਵਤਾਰ ਸਿੰਘ ਮੱਕੜ ਦੀ ਸਟੇਟਮੈਂਟ ਅੱਜ ਇਹਨਾਂ ਸਾਰਿਆਂ ਨੂੰ ਪਸੰਦ ਕਿਉਂ ਆ ਰਹੀ ਹੈ? ਦੇਖੋ, ਗੱਲ ਇਹ ਜਿਹੜੀ ਗੱਲ ਕਿਸੇ ਨੂੰ ਸੂਟ ਕਰਦੀ ਹੈ ਉਹਨੂੰ ਪਸੰਦ ਆਉਂਦੀ ਹੈ, ਇਹਦੇ ਵਿੱਚ ਤਾਂ ਸ਼ੱਕ ਵਾਲੀ ਗੱਲ। ਕੁਰਸੀ 'ਤੇ ਬਹਿ ਕੇ ਭੁੱਲ ਜਾਂਦੇ ਹਾਂ, ਲੇਕਿਨ ਕੁਰਸੀ 'ਤੇ ਬਹਿ ਕੇ ਭੁੱਲ ਜਾਂਦੇ ਹਾਂ। ਦੇਖੋ, ਮੈਂ ਤਾਂ ਤਾਰੀਫ ਕੀਤੀ ਨਹੀਂ, ਇਹ ਤਾਰੀਫ ਕਰ ਰਹੇ ਨੇ। ਮੈਂ ਤਾਂ ਜਿਹੜੀ ਗੱਲ ਕਹੀ ਹੈ ਮੈਨੂੰ ਉਹੀ ਨਜ਼ਰ ਆਉਂਦੀ ਹੈ, ਇਹ ਬਾਦਲ ਦੇ ਜਾਣ ਤੋਂ ਬਾਅਦ ਪਾਰਟੀ ਟੁੱਟਣੀ ਸੀ, ਹੁਣ ਇਹ ਕੇਸ ਹੋਣ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਕੇਸ ਆਉਣ ਕਰਕੇ ਬਾਦਲ ਪਰਿਵਾਰ ਬਹੁਤ ਕਮਜ਼ੋਰ ਹੋ ਗਿਆ, ਅਤੇ ਹੁਣੇ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਉਹਦੇ ਵਿੱਚ। ਔਰ ਤੁਸੀਂ ਦੇਖਣਾ, ਸਮੇਂ ਦੇ ਨਾਲ ਜਿੰਨੇ ਸੀਨੀਅਰ ਅਕਾਲੀ ਲੀਡਰ ਨੇ ਉਹ ਦੁਖੀ ਨੇ,
कि इन्होंने अपनी नूह जी कल बन के गई मैंबर पार्लीमेंट उथे उन्होंने मिनिस्टर बनाता और पुराने उथे बैठे हुए तक पहुँच रहे हो सुर तो जथेदार तक पहुँच रहे हो नहीं जथेदार तो तुम उन्होंने बड़ी वैल्यू दें दे। मैं तो उन्होंने जीरो समझना वह तो मोहर आएगा बादल का उन्होंने जिसने मर्जी चुके बाहर रख दे पहले जो जथेदार नहीं सिख रो शांत कराने लिए यह कदम किया जा पट्टिया जा सकता हो सकता है कोई वड्डी गल नहीं कौन पटू जे इन्हों लगे कि जथेदार बदलने के नाल सानू कोई रिवाइवल मिल सकता है तो एक मिनट चला देंगे पहले वेदांती की होया एक रात के बजे कोल अस्तीफा ले लिया एक रात के बजे उन्होंने कहा भी हूँ ही उठ जा नहीं तो कल तेरा जुलूस कढ़ देंगे ठीक है ताकत कंबोज साहब मैं विरोधी पार्टियां सवाल नहीं ले रहा मैं वो सवाल ले रहा जो जनता के तैर रहा है सवाल यह है कि श्रोमणी अकाली दल पंथक हतैशी आपदे आप कहती है पंथ हतैशी कहती है हुण श्रोमणी अकाली दल यह समझ आ गया कि उसका जगह जगह विरोध किया जा रहा है तो उस विरोध को शांत करने लिए श्रोमणी अकाली दल हुण करन की जा रहा नहीं विरोध नहीं किया जा रहा कौन कर रहा विरोध इतने बैठ के असं टीवी पर कह रहे हैं सिख संगत को गुस्सा आ गया जी सिख संगत को गुस्सा आ गया सिख संगत का गुस्सा 1984 के जोड़ा कतलेआम होया गुस्सा पता नहीं भुला बैठे ने और जदों हज़ारा भीड़ा जड़िया ने गुरु ग्रंथ साहब के शहीद हुई गुस्सा भुला बैठे ने उस कांग्रेस पार्टी ने 78 सीटा दे चुके ने उदों कोई गुस्सा नहीं और उस दिन विधानसभा की हो रहा है सिखिज़म के बारे जो गल करने वाले ने उत्थे झोली चुका दा इहो जिहा गल सी कि सब तो उपर रब है जी रब दे थले तुसी हो जी कैप्टन अमरिंदर सिंह जी तुसी ये करो एक सिख वास्ते रब तो उत्ते साडे गुरु ने गुरु ग्रंथ साहब ने जिहड़ा बंदा रब तो उत्ते कैप्टन अमरिंदर नूं कहिंदा उह सिखी दी गल करदा और नवजोत सिद्धू की गल उदो विच छड़ दिती कि एक अपने आप नूं सिख कहण वाला बंदा जे राधे मां नूं चक के कहिंदा कि मैनूं परमात्मा दे दर्शन इत्थे ही हुंदे ने और वह आसाराम दे दरबार च जाके कहिंदा कि परमात्मा दे दर्शन मैनूं इत्थे ही हुंदे ने शेर भी इक्को ही पढ़दा उह गल मतलब कि सिखी दी गल करदे ने तुहाडे चलो मैं श्रोमणी अकाली दल सवाल यह है कि तुसी ए तुहाडे ते बहुत वड्डा इल्जाम है कि सिखी का काम तुसी बहुत वड्डे पत्थर ते कीता उसनू कोई नहीं भुल सकता मैं उसे गल ते आ रहा सीगा मेरी एक दो गल्लां ने एक तो यह जिहड़े दोनों बुलारियां ने कहा भी यह मिले होया समा दसूगा कौन किहदे नाल मिलिया होया मैं एक लाइन च अपनी गल खत्म करती दूजी गल जिहड़ी गल असी इस गल नू इत्थे डिबेट च नहीं लैके आना चाहते होंगे ये सारियां प्रॉब्लमां दी जड़ सरदार प्रकाश सिंह बादल है इन्हां ने पहला 82 ਦੇ ਵਿੱਚ ਜਾਂ 82 ਤੋਂ ਪਹਿਲਾਂ ਸੌਰੀ 78 ਤੋਂ ਪਹਿਲਾਂ ਆਪ ਜੋ 78 ਦੀ ਇਹਨਾਂ ਦੇ ਉਹ ਵਾਕਿਆ ਹੋਇਆ ਇਹਨਾਂ ਨੇ ਮਰਜੀਵੜੇ ਬਣਾਏ ਧਰਮਯੁੱਧ ਮੋਰਚਾ ਲਾ ਲਿਆ ਧਰਮਯੁੱਧ ਮੋਰਚਾ ਨੇ ਮਰਜੀਵੜੇ ਬਣਾ ਲਏ ਮਰਜੀਵੜੇ ਬਣਾ ਕੇ ਸੌਂਹ ਖਵਾਤੀਆਂ ਮੁੰਡਿਆਂ ਨੂੰ ਤੁਸੀਂ ਝੋਂਕਤਾ ਉਹਦੇ ਵਿੱਚ ਮੈਦਾਨ 'ਚ ਵੀ ਜਾ ਕੇ ਤੁਸੀਂ ਹੁਣ ਉਹ ਕਰੋ ਉਸ ਤੋਂ ਬਾਅਦ ਇਹ ਆਪ ਪਿੱਛੇ ਹਟ ਗਏ ਮੁੰਡਾ ਬਾਹਰ ਪੜ੍ਹਨ ਭੇਜਤਾ ਠੀਕ ਹੈ ਉਸ ਤੋਂ ਬਾਅਦ ਹਾਲਾਤ ਇਹੋ ਜਿਹੇ ਪੈਦਾ ਕਰਤੇ ਵੀ ਜਿਹੜਾ ਕਿ ਉਹ ਮੰਦਭਾਗੀ ਘਟਨਾ ਵਾਪਰੀ ਪਰ ਸਾਰੀਆਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਇਹ ਸ਼ੁਰੂ ਕਿੱਥੋਂ ਹੋਇਆ ਧਰਮਯੁੱਧ ਮੋਰਚੇ ਤੋਂ ਮਰਜੀਵੜੇ ਬਣਾਏ ਗਏ ਔਰ ਉਹ ਮਰਜੀਵੜਿਆਂ ਤੋਂ ਸ਼ੁਰੂ ਹੋਇਆ ਔਰ ਉਹ ਸਾਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜਦੋਂ ਇਹਨਾਂ ਨੂੰ ਸੂਟ ਕਰਦਾ ਇਹ ਖਾੜਕੂਆਂ ਦੇ ਭੋਗਾਂ 'ਤੇ ਜਾਂਦੇ ਆ ਜਦੋਂ ਸੂਟ ਨਹੀਂ ਕਰਦਾ ਫਿਰ ਖਾੜਕੂਆਂ ਦੇ ਖਿਲਾਫ਼ ਬੋਲਦੇ ਆ ਇਹ ਡਬਲ ਮਿਆਰ ਹੀ ਰੱਖੀ ਵੀ ਇਹਨਾਂ ਨੇ ਹਮੇਸ਼ਾ ਧਰਮ ਨੂੰ ਯੂਜ਼ ਕੀਤਾ ਧਰਮ ਨੂੰ ਯੂਜ਼ ਕਰਕੇ ਆਪਣੀ ਰਾਜਨੀਤੀ ਦਾ ਸਮਰਥਨ ਕਰ ਰਹੇ ਆ ਅੱਗੇ ਨਹੀਂ ਤੁਹਾਨੂੰ ਵੀ ਲੱਗਦਾ ਇੱਕ ਲਾਈਨ ਕਿ ਇਹਦਾ ਮਤਲਬ ਸਰਦਾਰ ਸੁਖਦੇਵ ਸਿੰਘ ਹੋਣੀ ਬਲੂ ਸਟਾਰ ਨੂੰ ਜਸਟੀਫਾਈ ਕਰ ਰਹੇ ਨੇ ਪਹਿਲਾਂ ਤਾਂ ਮੈਂ ਜਸਟੀਫਾਈ ਨਹੀਂ ਕੀਤਾ ਮੈਂ ਪਹਿਲਾਂ ਕਿਹਾ ਇੱਕ ਮੰਦਭਾਗੀ ਘਟਨਾ ਹੈ ਅਸੀਂ ਉਹਨੂੰ ਕੰਡੈਮ ਕਰਦੇ ਹਾਂ ਪਹਿਲਾਂ ਵੀ ਕਰਦੇ ਹਾਂ ਹੁਣ ਵੀ ਕਰਦੇ ਹਾਂ ਜਸਟੀਫਾਈ ਕੀਤਾ ਕਿ ਕਰਨਾ ਪਿਆ ਪਰ ਤੁਸੀਂ ਵੀ ਤਾਂ ਕੰਡੈਮ ਕਰੋ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜਾ ਮਕਸਦ ਸੋਹਣ ਸਾਹਿਬ ਜਿਹੜੀ ਗੱਲ ਇੱਥੇ ਆਈ ਆ ਕਿ ਤੁਸੀਂ ਜਿਹੜੀ ਸਾਰੀ ਸਿਆਸਤ ਹੈ ਕੀ ਆ ਉਹ ਪੰਥ ਨੂੰ ਵਰਤ ਰਹੀ ਆ ਪਹਿਲਾਂ ਤਾਂ ਮੈਂ ਜਿਹੜੀ ਗੱਲ ਕੰਬੋਜ ਸਾਹਿਬ ਨੇ ਕਹੀ ਆ ਵੀ ਇਹ ਸਿੱਖ ਸੰਗਤ ਉਹਨਾਂ ਦਾ ਵਿਰੋਧ ਨਹੀਂ ਕਰ ਰਹੀ ਜੇ ਵਿਰੋਧ ਨਹੀਂ ਕਰ ਰਹੀ ਤੇ ਫਿਰ ਇਹਨਾਂ ਮੀਟਿੰਗ ਦੇ ਵਿੱਚ ਅਕਾਲੀ ਦਲ ਨੇ ਪਾਸ ਕਿਉਂ ਕੀਤਾ ਵੀ ਬਾਦਲ ਪਰਿਵਾਰਕ ਦੇ ਬਾਹਰ ਵਿਚਰੇ ਨਾਲ ਲੋਕਾਂ ਦੇ ਵਿੱਚ ਇਹਨਾਂ ਨੂੰ ਖਤਰਾ ਵਾ ਇਸ ਕਰਕੇ ਬਿਲਕੁਲ ਇਹ ਸਾਫ਼ ਆ ਵੀ ਵਿਰੋਧ ਕਰ ਰਹੀ ਆ ਦੂਸਰਾ ਜਿਹੜਾ ਸੁਖਦੇਵ ਸਿੰਘ ਉਹਨਾਂ ਨੇ ਕਿਹਾ ਵਾ ਕਿ ਇਹ ਮਿਲੇ ਨਹੀਂ ਗਏ ਵੀ ਬਿਲਕੁਲ ਮਿਲੇ ਨੇ ਲੋਕ ਇਹਨਾਂ 'ਤੇ ਅੱਜ ਕਿਉਂ ਨਹੀਂ ਯਕੀਨ ਕਰ ਰਹੇ ਵੀ ਇਹ ਇਹਨਾਂ ਨੇ ਕੈਪਟਨ ਸਰਕਾਰ ਨੇ ਕੋਈ ਇਹਨਾਂ ਦੇ ਵਿਰੁੱਧ ਐਕਸ਼ਨ ਲੈਣਾ ਕਿਉਂਕਿ ਦੋਨੇ ਜਿਹੜੇ ਦੋਸ਼ੀ ਨੇ ਜਿਸ ਤਰ੍ਹਾਂ ਕੰਬੋਜ ਸਾਹਿਬ ਨੇ ਕਿਹਾ ਵਾ ਵੀ ਇਹਨਾਂ ਸਿੱਖੀ ਦਾ ਵੱਡਾ ਘਾਣ ਕੀਤਾ ਉਹਦੇ 'ਚ ਬਿਲਕੁਲ ਸੱਚਾਈ ਆ ਨਾਲ ਇਹ ਆ ਵੀ ਹੁਣ ਜਿਹੜੇ ਆਪਣੇ ਕੈਪਟਨ ਸਾਹਿਬ ਸੀ
ਉਹਨਾਂ ਨੇ ਵੀ ਇਲੈਕਸ਼ਨਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਆ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਬੰਦ ਕਰ ਦੂੰਗਾ ਉਹ ਨਹੀਂ ਕਰ ਪਾਉਂਦਾ ਕਿਹਾ ਸੀ ਤੁਸੀਂ ਹਮੇਸ਼ਾ ਝੂਠ ਬੋਲਦੇ ਹੋ ਤੁਸੀਂ ਵੀ ਸਿੱਖੋ ਨਾ ਝੂਠ ਬੋਲਦੇ ਹੋ ਉਹਨਾਂ ਨੇ ਉਹਨਾਂ ਦੇ ਲੱਕ ਤੋੜਿਆ ਉਹਨਾਂ ਦੇ ਉਹਦੇ ਤੇ ਲੜਾਈ ਕਰ ਰਹੇ ਉਹਨਾਂ ਦੀ ਵੀਡੀਓ ਦੇਖੋ ਮੈਂ ਵੀਡੀਓ ਨਹੀਂ ਮੈਂ ਕਹਿੰਦਾ ਵੀਡੀਓ ਦੇਖੋ ਉਹਨਾਂ ਨੇ ਵਾਇਰਲ ਹੋਈ ਸਾਰੇ ਲੱਕ ਤੋੜਿਆ ਦੇ ਵਿੱਚ ਉਹਨਾਂ ਨੇ ਕਿਹਾ ਲੱਕ ਤੋੜਿਆਗਾ ਔਰ ਇਸ ਕਰਕੇ ਨਹੀਂ ਦੇ ਵਿੱਚ ਬਿਲਕੁਲ ਆਵਾਜ਼ ਕੁਝ ਬੋਲੋ ਬਾਹਰ ਆ ਕੇ ਕੁਝ ਬੋਲੋ ਅੱਜ ਦੋਵੇਂ ਪਾਰਟੀਆਂ ਦੇ ਵਿੱਚ ਲਾਈਵ ਦੇਖਿਆ ਲੋਕਾਂ ਨੇ ਦੋਵੇਂ ਪਾਰਟੀਆਂ ਜਿਹੜੀਆਂ ਝੂਠ ਬੋਲ ਰਹੇ ਹੋ ਦੋਵੇਂ ਪਾਰਟੀਆਂ ਜਿਹੜੀਆਂ ਬੇਅਦਬੀ ਦੀਆਂ ਦੋਸ਼ੀ ਆ ਇਸ ਕਰਕੇ ਸਾਨੂੰ ਸ਼ੱਕਿਆ ਦੇ ਨਾ ਬਿਲਕੁਲ ਸੱਚ ਨਹੀਂ ਕਰਨਾ ਸੱਚੇ ਪੱਕੇ ਤੁਸੀਂ ਜਿਹੜੇ ਤੁਸੀਂ ਅੱਜ ਵੀਡੀਓ ਵੇਖੋ ਇਹਨਾਂ ਨੇ ਫੜ ਕੇ ਅੱਗੇ ਕਾਹਦੇ ਹੱਥ ਦੇ ਫੜ ਕੇ ਜਾਣਾ ਹੁਣ ਵੀ 100 ਸੀਟਾਂ ਲੈ ਕੇ ਜਾਣਾ ਕਿਆ ਮਤਲਬੰਡੀ ਸਾਹਿਬ ਆ ਸਾਹਿਬ ਜਦੀ ਮੈਂ ਬਾਈ ਇਲੈਕਸ਼ਨਾਂ ਦਾ ਰਿਜ਼ਲਟ ਵੀ ਆ ਗਿਆ ਪੰਚਾਇਤਾਂ ਦਾ ਵੀ ਆ ਜਾਣਾ ਤੁਹਾਡੇ ਸਾਹਮਣੇ ਜੀ ਸਿੰਘ ਖਾਲਸਾ ਆਖਰੀ ਸਵਾਲ ਤੁਹਾਡੇ ਤੋਂ ਲੈਣਾ ਜੀ ਸਿੰਘ ਖਾਲਸਾ ਨਵੇਂ ਅਕਾਲੀ ਵਸਸ ਟਕਸਾਲੀ ਇਹ ਲੜਾਈ ਆ ਹੁਣ ਜਾਂ ਲੜਾਈ ਉਹ ਹੈਗੀ ਆ ਕਿ ਅਕਾਲੀ ਦਲ ਦੇ ਵਿਰੋਧੀ ਆ ਜਿਹੜੇ ਉਹ ਅਕਾਲੀ ਦਲ ਨੂੰ ਘੇਰ ਰਹੇ ਆ ਲੜਾਈ ਹੁਣ ਕਿਹੜੀ ਬਚੀ ਨਹੀਂ ਦੇਖੋ ਅਕਾਲੀ ਦਲ ਤਾਂ ਹਰ ਪਾਸਿਓਂ ਘਿਰਿਆ ਹੋਇਆ ਵਿਰੋਧੀ ਵੀ ਘੇਰ ਰਹੇ ਨੇ ਔਰ ਉਹਨਾਂ ਦੇ ਆਪਣੇ ਅੰਦਰ ਵੀ ਬਗਾਵਤੀ ਸੁਰਾਂ ਉੱਠ ਰਹੀਆਂ ਨੇ ਜਿਹੜੇ ਇਹ ਪੁਰਾਣੇ ਟਕਸਾਲੀ ਅਕਾਲੀ ਨੇ ਉਹ ਉੱਠ ਰਹੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣਨ ਨੂੰ ਆ ਰਹੀ ਹੈ ਬਗਾਵਤੀ ਸੁਰਾਂ ਨੇ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਔਰ ਇਹ ਸੁਭਾਵਕ ਹੈ ਹੋਣਾ ਸੀ ਮੈਨੂੰ ਇੱਥੇ ਕੋਈ ਹੈਰਾਨਗੀ ਨਹੀਂ ਹੋ ਰਹੀ ਕੋਈ ਹੈਰਾਨੀ ਨਹੀਂ ਹੋ ਰਹੀ ਬਗਾਵਤੀ ਸੁਰਾਂ ਦੀ ਜਿਹੜੀ ਗੱਲ ਤੁਸੀਂ ਇੱਕ ਬੱਕੜ ਸਾਹਿਬ ਦੀ ਕੀਤੀ ਹੈ ਆਮ ਆਦਮੀ ਪਾਰਟੀ ਜਿਹੜਾ ਖੇਰੂ ਖੇਰੂ ਹੋਇਆ ਉਹਦੀ ਬਗਾਵਤ ਦੀ ਕੋਈ ਗੱਲ ਨਹੀਂ ਕਰ ਰਹੇ ਔਰ ਜਿਹੜੇ ਨਾਥੂਰਾਮ ਹੋਣਾ ਨੇ ਅੱਜ ਜੇ ਆਮ ਆਦਮੀ ਪਾਰਟੀ ਦਾ ਹੁੰਦਾ ਫਿਰ ਮੈਂ ਉਹਨਾਂ ਦੀ ਗੱਲ ਕਰਦਾ ਮੈਂ ਤੁਹਾਡੀ ਗੱਲ ਹੋ ਰਹੀ ਹੈ ਉਹਦੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਪੰਥ ਦੇ ਮੁੱਦੇ ਤੋਂ ਤਾਂ ਨਹੀਂ ਦੋ ਫਾੜ ਹੋਈ ਇੱਕ ਹਾਂਜੀ ਆਮ ਆਦਮੀ ਪਾਰਟੀ ਪੰਥ ਦੇ ਮੁੱਦੇ ਤੋਂ ਤਾਂ ਨਹੀਂ ਦੋ ਫਾੜ ਹੋਈ ਨਹੀਂ ਉਹ ਕਈ ਫਾੜ ਹੋ ਚੁੱਕੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਨਾਥੂਰਾਮ ਹੋਣਾ ਦੀ ਗੱਲ ਔਰ ਰੋਜ਼ ਨਵਜੋਤ ਸਿੱਧੂ ਜਿੱਦਾਂ ਕੈਪਟਨ ਅਮਰਿੰਦਰ ਨੂੰ ਐਂਬੈਰਸ ਕਰਦਾ ਉਹ ਬਾਗੀ ਸੁਰਾ ਹੀ ਨਹੀਂ ਔਰ ਜਿਹੜੇ ਐਸਸੀ ਸਾਰੇ ਇਕੱਠੇ ਹੋ ਕੇ ਰਾਹੁਲ ਗਾਂਧੀ ਕੋਲ ਚਲੇ ਜਾਂਦੇ ਉਹ ਬਾਗੀ ਸੁਰਾ ਹੀ ਨਹੀਂ ਚਲੋ ਬਹੁਤ ਬਹੁਤ ਬਾਗੀ ਸੁਰਾ ਹੈਗੀਆਂ ਪਰ ਬਾਗੀ ਸੁਰਾਂ ਦੇ ਵਿੱਚ ਤੁਹਾਡੇ ਲਈ ਕੀ ਨਿਕਲੇਗਾ ਸਵਾਲ ਇਹ ਹੈਗਾ ਬਹੁਤ ਧੰਨਵਾਦ ਸੋਹਲ ਸਾਹਿਬ ਤੁਹਾਡਾ ਰੋਪੜ ਸਾਹਿਬ ਤੁਹਾਡਾ ਕੰਬੋਜ ਸਾਹਿਬ ਤੁਹਾਡਾ ਤੇ ਅਰਜਨ ਸਿੰਘ ਖਾਲਸਾ ਸਾਹਿਬ ਤੁਹਾਡਾ ਸਾਰਿਆਂ ਨੂੰ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਟਕਸਾਲੀ ਬਨਾਮ ਅਕਾਲੀ ਅੱਜ ਬਹਿਸ ਇਸੇ ਲਈ ਅਸੀਂ ਕੀਤੀ ਸੀ ਤੁਸੀਂ ਸਮਝ ਗਏ ਹੋਵੋਗੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਕਿਸ ਤਰੀਕੇ ਦੀ ਰਣਨੀਤੀ ਅਪਣਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਚੁਤਰਫਾ ਘਿਰਿਆ ਹੋਇਆ ਮਹਿਸੂਸ ਕਰ ਰਿਹਾ ਪਰ ਸਵਾਲ ਇਹ ਹੈ ਕਿ ਜੇ ਸਰਕਾਰ ਨੇ ਕਾਰਵਾਈ ਕਰਨੀ ਹੈ ਤਾਂ ਕਦੋਂ ਕਰਨੀ ਹੈਗੀ ਆ ਟਾਈਮ ਬਾਊਂਡ ਕਦੋਂ ਕੀਤਾ ਜਾਵੇਗਾ ਕਦੋਂ ਦੱਸਿਆ ਜਾਵੇਗਾ ਕਿ ਕਿਹੜੀ ਇਨਕੁਆਇਰੀ ਆ ਜਿਹੜੀ ਉਹ ਇਸ ਜਾਂਚ ਨੂੰ ਸਿਰੇ ਲਾਵੇਗੀ ਇਸ ਜਾਂਚ ਨੂੰ ਅੰਜਾਮ ਤੱਕ ਪਹੁੰਚਾਵੇਗੀ ਕਿਉਂਕਿ ਸਵਾਲ ਸਾਰੇ ਪੰਜਾਬੀਆਂ ਦਾ ਸਰਕਾਰ ਦੇ ਅੱਗੇ ਆ ਬਹੁਤ ਧੰਨਵਾਦ